ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। RSS RSS ਦਾ ਮਤਲਬ ਰਾਜਨੀਤੀ ਤੋਂ ਲਿਆ ਜਾਂਦਾ ਕਿ BJP ਦਾ ਪੋਲੀਟੀਕਲ ਚੇਅਰ ਹੈ RSS। ਪਰ RSS ਨੇ 3 ਦਿਨਾਂ ਇੱਕ ਸੰਮੇਲਨ ਕੀਤਾ ਅਤੇ ਉਸ ਸੰਮੇਲਨ ਦੇ ਵਿੱਚ ਬਹੁਤ ਚੀਜ਼ਾਂ ਸਾਫ਼ ਕੀਤੀਆਂ। ਤਕਰੀਬਨ 200 ਤੋਂ ਵੱਧ ਸਵਾਲ ਕੀਤੇ ਗਏ, 215 ਸਵਾਲਾਂ ਦੀ ਸੂਚੀ ਹੈ ਜਿਹੜੀ ਉਹ ਅੱਗੇ ਰੱਖੀ ਗਈ ਅਤੇ ਉਹਨਾਂ ਦੇ ਜਵਾਬ ਆ ਜਿਹੜੇ ਸੰਘ ਮੁਖੀ ਮੋਹਨ ਭਾਗਵਤ ਤੋਂ ਲਏ ਗਏ। ਇਹਨਾਂ ਸਵਾਲਾਂ ਦੇ ਜਵਾਬ ਵਿੱਚ ਬਹੁਤ ਅਹਿਮ ਬਿੰਦੂ ਨਿਕਲ ਕੇ ਸਾਹਮਣੇ ਆਏ ਆ, ਜਿਹਦੇ ਵਿੱਚ RSS ਨੇ ਦਾਅਵਾ ਕੀਤਾ ਕਿ ਸਾਡੀ ਤਸਵੀਰ ਸਾਫ਼ ਹੋ ਗਈ, ਜੋ ਸਾਨੂੰ ਸਮਝ ਜਾਂਦਾ ਅਸਲ ਵਿੱਚ ਉਹ ਹੈ ਨਹੀਂ, ਅਸੀਂ ਤਾਂ ਰਾਜਨੀਤੀ ਨਹੀਂ ਰਾਸ਼ਟਰਨੀਤੀ ਵੱਲ ਧਿਆਨ ਦਿੰਦੇ ਹਾਂ। ਇਸੇ ਰਾਸ਼ਟਰਨੀਤੀ 'ਚੋਂ ਸਵਾਲ ਨਿਕਲ ਕੇ ਬਾਹਰ ਆਏ ਆ। ਸਵਾਲ ਇੱਕ ਮਹੱਤਵਪੂਰਨ ਅਸੀਂ ਪੁੱਛਾਂਗੇ ਕਿ ਸੰਘ ਨੇ ਸੁਰ ਬਦਲ ਲਏ ਆ ਜਾਂ ਇਹ ਸੁਰ ਦਿਖਾਏ ਜਾ ਰਹੇ। ਅੱਜ ਬਹਿਸ ਇਸੇ ਕਰਕੇ ਕਰਨੀ ਪੈ ਰਹੀ ਹੈ ਟੂ ਦਾ ਪੁਆਇੰਟ ਵਿੱਚ। ਬਹਿਸ ਕਿਉਂ ਕਰ ਰਹੇ ਹਾਂ, ਜਿਹੜੇ ਬਿੰਦੂ ਹੈ ਅਹਿਮ ਤੁਹਾਨੂੰ ਦੱਸ ਦਈਏ। ਦਿੱਲੀ 'ਚ RSS ਦਾ ਭੁਖ ਦਾ ਭਾਰਤ ਸਿਰਲੇਖ ਦਾ 3 ਦਿਨੀ ਪ੍ਰੋਗਰਾਮ ਹੋਇਆ। ਇਹਨਾਂ ਨੇ ਬਹੁਤ ਜਣਿਆਂ ਨੂੰ ਸੱਦਾ ਦਿੱਤਾ ਸੀਗਾ, ਕਈਆਂ ਨੇ ਇਹਨਾਂ ਦਾ ਬਾਈਕਾਟ ਕੀਤਾ, ਕਈ ਨਹੀਂ ਪਹੁੰਚੇ ਕਿਉਂਕਿ ਕਹਿੰਦੇ ਖੁੱਲ੍ਹਾ ਸੱਦਾ ਹੈਗਾ, ਸਾਰੇ ਆਓ ਅਸੀਂ ਗੱਲਬਾਤ ਕਰਨੀ ਹੈ। ਸੰਘ ਮੁਖੀ ਮੋਹਨ ਭਾਗਵਤ ਨੇ ਕਈ ਮੁੱਦਿਆਂ 'ਤੇ ਆਪਣੀ ਰਾਏ ਰੱਖੀ ਹੈ, ਮੁਲਕ ਦੀ ਆਜ਼ਾਦੀ ਲਈ ਕਾਂਗਰਸ ਦੇ ਯੋਗਦਾਨ ਦੀ ਸ਼ਲਾਘਾ ਵੀ ਕਰ ਦਿੱਤੀ ਅਤੇ ਮੁਸਲਮਾਨਾਂ ਤੋਂ ਬਿਨਾਂ ਸੰਘ ਦੇ ਹਿੰਦੂਤਵ ਦਾ ਮਤਲਬ ਨਹੀਂ। ਮੋਹਨ ਭਾਗਵਤ ਨੇ ਇਹ ਗੱਲ ਕਹੀ ਹੈ ਕਿ ਮੁਸਲਮਾਨ ਮਨਫੀ ਨਹੀਂ ਹੋ ਸਕਦੇ। ਇਹ ਮਿਸ਼ਨ 2019 ਨੂੰ ਰਾਹ ਜਾ ਰਿਹਾ, ਸਾਰਿਆਂ ਦਾ ਮਤਲਬ ਇਹ ਕੱਢ ਰਿਹਾ, ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹਦਾ ਮਤਲਬ ਹੈ ਕੀ ਆ। ਅਤੇ ਨਾਗਪੁਰ ਤੋਂ ਦਿੱਲੀ ਨੂੰ ਕੋਈ ਫੋਨ ਨਹੀਂ ਕੀਤਾ ਜਾਂਦਾ, ਸੰਘ ਸਿਆਸਤ ਤੋਂ ਦੂਰ ਹੈ, ਸੰਘ ਸਿਆਸਤ ਤੋਂ ਪਾਸੇ ਹੈਗਾ। ਅਤੇ ਨਾਗਪੁਰ ਤੋਂ ਦਿੱਲੀ ਨੂੰ ਫੋਨ ਨਹੀਂ ਕੀਤਾ ਜਾਂਦਾ, ਮਤਲਬ ਨਾਗਪੁਰ ਜਿਹੜਾ ਰਿਮੋਟ ਨਹੀਂ ਰੱਖਦਾ ਕੇਂਦਰ ਦਾ, ਇਹ ਸਵਾਲ ਵੀ ਕਰਨਾ ਹੈਗਾ। ਅਤੇ ਰਾਖਵਾਂਕਰਨ ਸੰਵਿਧਾਨ ਦੀ ਦੇਣ ਹੈ, ਇਸਦਾ ਸਨਮਾਨ ਕਰਦੇ ਹਾਂ, ਮੋਹਨ ਭਾਗਵਤ ਨੇ ਇਹ ਵੀ ਗੱਲ ਕਹੀ ਹੈ। ਸੰਘ ਮੁਖੀ ਨੇ ਕਿਹਾ ਕੀ ਕੁਛ ਹੈਗਾ, ਪਹਿਲਾਂ ਸੁਣ ਲਈਏ। कांग्रेस के रूप में एक बड़ा आंदोलन सारे देश में खड़ा हुआ, उसमें भी अनेक सर्वस्व त्यागी महापुरुष जिनकी प्रेरणा आज भी हमारे जीवन के प्रेरणा में काम करती है, ऐसे पैदा हुए और देश के सर्वसामान्य व्यक्ति को स्वतंत्रता के लिए रास्ते पर लाकर खड़ा करने का काम उस धारा ने किया। एक बड़ा योगदान अपने स्वतंत्रता प्राप्ति में उस धारा का है। लेकिन हम लोग तो सर्वलोक युक्त भारत वाले लोग हैं, मुक्त वाले नहीं है। संघ के स्वयंसेवक के नाते, राष्ट्रीय स्वयंसेवक संघ के नाते सबको जोड़ने का हमारा प्रयास है और इसलिए सबको बुलाने का भी हमारा प्रयास रहता है। आखिर विरोध भी होना है तो वस्तुस्थिति के आधार पर हो। संघ का काम इस बंधुभाव के लिए है और इस बंधुभाव के लिए एक ही आधार है, विविधता में एकता। वो विचार देने वाली हमारी चलती आई हुई विचारधारा है, उसको दुनिया हिंदुत्व कहती है। इसलिए हम कहते हैं कि हमारा हिंदू राष्ट्र है, हिंदू राष्ट्र है। इसका मतलब इसमें मुसलमान नहीं चाहिए, ऐसा बिल्कुल नहीं होता। जिस दिन ये कहा जाएगा कि हाँ मुसलमान नहीं चाहिए, उस दिन वो हिंदुत्व नहीं रहेगा। भगवा ध्वज गुरु क्यों? क्योंकि अपनी तब से आज तक की परंपरा का वो चिन्ह है। इसका फ्लैग कमिटी ने जो रिपोर्ट दिया वो तो यही दिया कि सर्वत्र सुपरिचित सुप्रतिष्ठित भगवा झंडा हो। बाद में उसमें परिवर्तन हुआ, तिरंगा ध्वज आ गया, वो हमारा राष्ट्र ध्वज है, उसका भी पूर्ण सम्मान रखते ही है। जो एक दल चलता है उस दल में स्वयंसेवक क्यों है, उस दल में बहुत सारे पदाधिकारी क्यों है, उस दल के आज पंत प्रधान है, राष्ट्रपति जी है, सब लोग स्वयंसेवक है, तो इसलिए। और ये जो लोग कयास लगाते हैं कि नागपुर से फोन जाता होगा और बात होती होगी, ये बिल्कुल गलत बात है। संघ का कोई भी पदाधिकारी किसी भी राजनीतिक दल में पदाधिकारी बिल्कुल नहीं बन सकता। और चुनाव की वोटों की इस राजनीति से संघ को दूर रहना। वोटों की राजनीति तो दूर है क्या? इन्होंने भविष्य का भारत प्रोग्राम किया है, असं सवाल एक पूछांगे। सवाल यह पूछा जाएगा, दिल्ली च संघ मुखी मोहन भागवत के बयान का भविष्य की है? इस सवाल से बहस करा, खास पैनल साडा मौजूद है, उन्होंने तारुफ करा रहे हैं। ਮੁਹੰਮਦ ਖਾਲਿਦ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਖਾਲਿਦ ਸਾਹਿਬ ਨੇ ਲੰਮਾ ਸਮਾਂ ਇਸ ਸਿਆਸਤ ਨੂੰ ਦੇਖਿਆ ਹੈਗਾ ਅਤੇ ਸੰਘ ਮੁਖੀ ਹੈ ਅਤੇ ਸੰਘ ਦੀ ਸ਼ਾਖਾ ਜਦੋਂ ਲੱਗਦੀ ਹੈ ਕਿ 1925 ਤੋਂ ਜੋ ਸ਼ੁਰੂ ਹੋਇਆ ਸੰਘ ਦਾ ਕਾਰਜਕਾਲ, ਉਸ ਨੂੰ ਚੰਗੀ ਤਰ੍ਹਾਂ ਨਾਲ ਪੜਿਆ ਹੈਗਾ। ਮੁਹੰਮਦ ਖਾਲਿਦ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਮੇਜਰ AP ਸੋਨਵਾਰੀਆ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰਦੇ ਆ, ਪਰ ਇਹਨਾਂ ਦਾ ਜਨਮ ਹੈ ਜਿਹੜਾ ਇਸ ਸਿਆਸਤ ਤੱਕ ਪਹੁੰਚਣ ਦੇ ਵਿਚਾਲੇ RSS ਤੋਂ ਹੀ ਹੋਇਆ ਅਤੇ RSS ਤੋਂ ਇੱਥੋਂ ਤੱਕ ਪਹੁੰਚੇ ਹੈਗੇ ਆ। ਸੋਨਵਾਰੀਆ ਸਾਹਿਬ ਸੰਘ ਦੀ ਨਬਜ਼ ਨੂੰ ਪਛਾਣਦੇ ਹੈਗੇ ਆ ਅਤੇ ਸਿਆਸਤ ਦੇ ਨਬਜ਼ ਨੂੰ ਵੀ ਸਮਝਦੇ ਹੈਗੇ ਆ। ਸੋਨਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸੁਦੇਸ਼ ਰੋਪੜ ਕਾਂਗਰਸ ਦੀ ਨੁਮਾਇੰਦਗੀ ਕਰਦੇ ਆ, ਸੁਦੇਸ਼ ਰੋਪੜ
ਕਾਂਗਰਸ ਦੀ ਨੁਮਾਇੰਦਗੀ ਕਰਦੇ ਆ, ਸਟੂਡੈਂਟ ਲੀਡਰ ਵੀ ਰਹੇ ਆ, ਅਤੇ ਇਹਨਾਂ ਨੂੰ ਸਮਝ ਹੈਗੀ ਆ ਕਿ RSS ਕਿਸ ਤਰੀਕੇ ਨਾਲ ਆਪਣੀ ਸ਼ਾਖਾ ਚਲਾਉਂਦਾ ਹੈਗਾ ਅਤੇ RSS ਰਾਜਨੀਤੀ ਤੋਂ ਕਿੰਨਾ ਪਾਸੇ ਅਤੇ ਕਿੰਨਾ ਨੇੜੇ ਹੈਗਾ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੁਦੇਸ਼ ਰੋਪੜ, ਤੁਹਾਡਾ ਬਹੁਤ ਸਵਾਗਤ ਹੈ। ਵਿਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਨੇ, ਇਹ RSS ਨੂੰ ਵੀ ਚੰਗੀ ਤਰ੍ਹਾਂ ਸਮਝਦੇ ਆ ਅਤੇ RSS ਦੀ ਜੰਮੂ ਕਸ਼ਮੀਰ ਨੀਤੀ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਆ, ਰਾਸ਼ਟਰ ਨੀਤੀ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਆ, ਇਹਨਾਂ ਦੀ ਕਲਮ ਬਹੁਤ ਕੁਝ ਲਿਖਦੀ ਹੈਗੀ ਆ। ਵਿਕਰਮਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਸੁਨਵਾਰੀ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਸੁਨਵਾਰੀ ਸਾਹਿਬ, 215 ਸਵਾਲ ਤਕਰੀਬਨ ਕੀਤੇ ਗਏ, ਕੀ ਸੰਘ ਨੇ ਸੁਰ ਬਦਲ ਲਿਆ? KP जी, अभी आपके TV पे सर संघ साहब भागवत जी का हम स्टेटमेंट सुन रहे थे और 215 सवालों के जवाब उन्होंने 3 दिन विच दे ने। हुण ए कहना कि स्वर बदल लिते ने, तो मैं उत्थे कहूँगा कि ये संटेंजा तुहाडा ठीक नहीं ने। साडा संगठन समय समय के साथ, एक कोई बंद किताब नहीं है कि जिहड़ी एक लाइन लिख दी गई वो ही रहूगी। ਜਿੱਦਾਂ ਜਿੱਦਾਂ ਕੁਛ ਨਹੀਂ ਬਦਲਿਆ, ਤੁਸੀਂ ਕੁਛ ਨਹੀਂ ਬਦਲਿਆ ਨਾ, ਕੁਛ ਨਹੀਂ। ਭਗਵਾ ਝੰਡੇ ਦੀ ਵੀ ਗੱਲ ਕਰ ਰਹੇ ਹਾਂ, ਹਾਂ, ਹਿੰਦੂ ਰਾਸ਼ਟਰ ਦੀ ਵੀ ਗੱਲ ਕਰ ਰਹੇ ਹਾਂ, ਵਿੱਚ ਮੁਸਲਮਾਨ ਕਿਵੇਂ ਆ ਗਏ? ਮੁਸਲਮਾਨ ਗਏ ਕਦੋਂ ਸੀ? ਆਪ ਜੀ ਦਾ ਮੈਂ ਧਿਆਨ ਦਿਲਾਉਣਾ ਚਾਹੁੰਦਾ, ਆਪਦਾ ਧਿਆਨ ਦਿਲਾਉਣਾ ਚਾਹੁੰਦਾ ਹਾਂ ਕਿ ਇਹ ਸੰਘ ਤਾਂ 1925 ਵਿੱਚ ਬਣਿਆ। ਇਹ ਹਿੰਦੂਤਵ ਦੀ ਪਰਿਭਾਸ਼ਾ ਨੇ, ਇਹ ਤਾਂ ਬਹੁਤ ਲੰਬੋ ਤੋਂ ਚਲੀ ਜਾ ਰਹੀ ਹੈ। ਇਸ ਭਾਰਤ ਵਰਸ਼ ਤੋਂ ਜਾਂ ਹਿੰਦੁਸਤਾਨ ਤੋਂ ਜਿੰਨੇ ਵੀ ਸੰਪਰਦਾ ਨਿਕਲੇ ਨੇ, ਜਿਹੜਾ ਆਦਮੀ ਰਾਸ਼ਟਰ ਭਗਤੀ, ਆਪਣੇ ਪੁਰਖਾਂ ਦਾ ਮਾਨ ਅਤੇ ਸੰਸਕ੍ਰਿਤੀ ਨੂੰ ਮੰਨਦਾ ਹੈ, ਉਹ ਹਿੰਦੂਤਵ ਦਾ ਹੈ। ਮੁਸਲਮਾਨ ਕਿੱਥੇ ਨਿਕਲੇ ਨਹੀਂ? ਹੁਣ ਇੱਥੇ ਕਲੀਅਰ ਕਿਹਾ ਹੈ, ਮੁਸਲਮਾਨ ਵੀ ਹਿੰਦੂਤਵ? ਹਾਂ ਹਾਂ, ਬਿਲਕੁਲ, ਉਹ ਸਾਡੇ ਭਰਾ ਨੇ ਸਾਰੇ, ਜਿਹੜੇ ਪੈਨਲਿਸਟ ਬੈਠੇ ਵੀ ਹਿੰਦੂਤਵ ਦੇ ਵਿੱਚ। ਹਾਂ ਬਿਲਕੁਲ ਬਿਲਕੁਲ, ਮੈਂ ਤਾਂ ਸਾਰੇ ਹਿੰਦੂਤਵ ਦੇ ਝੰਡੇ ਚ, ਬਿਲਕੁਲ, ਜਿਹੜਾ ਆਦਮੀ ਰਾਸ਼ਟਰ ਭਗਤੀ ਦੀ ਗੱਲ ਕਰਦਾ, ਆਪਣੇ ਪੁਰਖਾਂ ਨੂੰ ਮਾਨ ਦੇਣਾ ਚਾਹੁੰਦਾ, ਸੰਸਕ੍ਰਿਤੀ ਨੂੰ ਪ੍ਰਿਜ਼ਰਵ ਕਰਨਾ ਚਾਹੁੰਦਾ, ਉਹ ਹਿੰਦੂਤਵ ਨੂੰ ਫੋਲੋ ਕਰਦਾ। ਸੁਦੇਸ਼ ਰੋਪੜ, ਤੁਸੀਂ ਵੀ ਹਿੰਦੂਤਵ ਨੂੰ ਫੋਲੋ ਕਰਦੇ ਹੋ? ਤੁਸੀਂ ਤਾਂ ਫੋਲੋ ਕਰਨ ਲੱਗ ਪਏ, ਹੁਣ ਤੁਸੀਂ ਮੰਦਰਾਂ ਜਾਣ ਲੱਗ ਪਏ ਹੋ? ਨਹੀਂ, ਦੇਖੋ, ਮੰਦਰ ਜਾਣਾ ਇੱਕ ਫੇਥ ਹੈ। ਫੇਥ ਹੈ ਨਾ, ਇਲੈਕਸ਼ਨ ਤੇ ਕਿਉਂ ਦਿਖਾਉਂਦੇ ਹੋ ਫੇਥ? ਉਹ ਦੇਖੋ, ਮੈਂ ਫੇਥ ਦਿਖਾਇਆ ਜਾ ਰਿਹਾ, ਫੇਥ ਹੋਣਾ ਤਾਂ ਕੋਈ ਗੱਲ ਨਹੀਂ, ਦਿਖਾ ਰਹੇ ਹੋ। ਮੈਂ ਕਹਿੰਦਾ KP ਜੋ ਤਾਂ ਮੀਡੀਆ ਸੈਂਟ੍ਰਿਕ ਹੋ ਗਿਆ, ਬਟ ਮੀਡੀਆ ਸੈਂਟਰ ਕਿਹਨੇ ਬਣਾਇਆ? ਮੰਦਰ ਚ ਜਾਣਾ ਇੱਕ ਫੇਥ, ਦੱਸ ਕੇ ਜਾ ਰਹੇ ਹੋ, ਮੇਰੀ ਜਿਹੜੇ ਉਹਦੀ ਗੱਲ ਤੁਸੀਂ ਕਰਦੇ ਹੋ, ਦੱਸ ਕੇ ਕਰ ਰਹੇ ਹੋ। ਮੈਂ ਕਹਿੰਦਾ ਉਹ ਚ ਕੀ ਮਾੜੀ ਗੱਲ ਹੈ? ਉਹ ਚ ਕੋਈ ਮਾੜੀ ਗੱਲ ਨਹੀਂ, ਜੇ ਕੋਈ ਹਿੰਦੂ ਹੈ ਤਾਂ ਉਹਨੂੰ ਹਿੰਦੂ ਕੌਣ ਚ ਕੀ ਤਕਲੀਫ ਹੈ? ਬਟ ਗੱਲ ਜਿਹੜੀ ਹੈ, ਅਸੀਂ ਜਿਹੜੀ ਗੱਲ ਕਰਦੇ ਹਾਂ, ਜਿਹੜੀ ਕਾਂਗਰਸ ਪਾਰਟੀ ਹਮੇਸ਼ਾ ਗੱਲ ਕਰਦੀ ਹੈ, ਅਸੀਂ ਤਾਂ ਇਸ ਜੋ ਇਹ ਸਾਡਾ ਦੇਸ਼ ਆ, ਉਹ ਇੱਕ ਸੰਵਿਧਾਨ ਦੇ ਨਾਲ ਬੱਝਿਆ ਹੋਇਆ ਦੇਸ਼ ਹੈ। ਪਹਿਲਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਾਂ ਵੀ ਉਹਦੇ ਵਿੱਚ ਸ਼ਬਦ ਕਿਤੇ ਵੀ ਹਿੰਦੁਸਤਾਨ ਨਹੀਂ ਹੈ, ਸਾਡੇ ਸੰਵਿਧਾਨ 'ਚ ਭਾਰਤ ਸ਼ਬਦ ਹੈ। ਔਰ ਅਸੀਂ ਜਿਹੜੇ ਹੈਗੇ ਆ ਸਾਰੇ ਹੀ ਬੰਦੇ, ਚਾਹੇ ਉਹ ਕੋਈ ਹਿੰਦੂ ਫੇਥ 'ਚ ਵਿਸ਼ਵਾਸ ਕਰਦਾ, ਚਾਹੇ ਉਹ ਕੋਈ ਸਿੱਖ ਫੇਥ 'ਚ ਵਿਸ਼ਵਾਸ ਕਰਦਾ, ਚਾਹੇ ਉਹ ਮੁਸਲਿਮ ਫੇਥ 'ਚ, ਆਏ ਤਾਂ ਸਾਰੇ ਅਸੀਂ ਸੈਂਟਰ ਏਸ਼ੀਆ 'ਚੋਂ ਹੀ ਆ ਨਾ ਇੱਥੇ। ਇਸ ਕਰਕੇ ਕੋਈ ਕਹੇ ਵੀ ਅਸੀਂ ਇੱਥੇ ਪੱਕੇ ਸੀ, ਕੋਈ ਨਹੀਂ ਸੀ, ਸਾਰੇ ਅਸੀਂ ਉੱਥੋਂ ਹੀ ਆਏ। ਗੱਲ ਕਹਿ ਰਿਹਾ ਹਿੰਦੁਸਤਾਨ ਦਾ, ਦੇਸ਼ ਦਾ, ਭਾਰਤ ਦਾ, ਤੁਸੀਂ ਹਿੰਦੁਸਤਾਨ ਸ਼ਬਦ ਨਾ ਕਹੋ, ਭਾਰਤ ਦਾ ਹਰ ਵਾਸੀ ਹਿੰਦੁਤਵ ਨੂੰ ਫੋਲੋ ਕਰਦਾ। ਬਿਲਕੁਲ, ਤੁਸੀਂ ਇਸ ਗੱਲ ਨਾਲ ਇਤਫਾਕ ਰੱਖਦੇ ਹੋ? ਨਹੀਂ, ਮੈਂ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ, ਮੈਂ ਇਸ ਗੱਲ ਨਾਲ ਬਿਲਕੁਲ ਇਤਫਾਕ ਨਹੀਂ ਰੱਖਦਾ। ਦੇਖੋ, ਹਰ ਇੱਕ ਬੰਦੇ ਨੂੰ ਰੱਖਦੇ ਹੋ, ਹੈ ਜੀ, ਸੰਵਿਧਾਨ 'ਚ ਵਿਸ਼ਵਾਸ? ਬਿਲਕੁਲ ਰੱਖਦੇ ਹੋ, ਤੁਸੀਂ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਹੋ? ਲੋਕ, ਹੁਣ ਸਾਡੇ ਸੰਸਦ ਨੇ ਕਿਹਾ ਕਿ ਸਾਡਾ ਸੰਘ ਦਾ ਜੋ ਆਈਡੀਓਲੋਜੀ ਹੈ ਉਹ ਸੰਵਿਧਾਨ ਨੂੰ 100% ਫੋਲੋ ਕਰ ਰਹੀ ਨੇ। ਇਹ ਸਟੇਟਮੈਂਟ ਹੈ ਉਹਨਾਂ ਦਾ। KP ਜੀ, ਇੱਥੇ ਫਰਕ ਆ ਗਿਆ, ਸੰਵਿਧਾਨ ਤਾਂ ਭਾਰਤ ਦੀ ਗੱਲ ਕਰਦਾ, ਹਿੰਦੂ ਰਾਸ਼ਟਰ ਦੀ ਤਾਂ ਗੱਲ ਹੀ ਨਹੀਂ ਕਰਦਾ। ਸੰਵਿਧਾਨ 'ਚ ਵਿਸ਼ਵਾਸ ਕਿਵੇਂ ਕਰਦੇ ਹੋ ਤੁਸੀਂ? ਦੇਖੋ, ਉਹ ਭਾਰਤ ਦੀ ਗੱਲ, ਇਹਨਾਂ ਨੂੰ, ਮੇਰੇ ਸਾਥੀਆਂ ਨੂੰ ਸੰਵਿਧਾਨ ਲੱਗਦਾ ਹੈ ਕਿ ਇਹ ਵੱਖਰੀ ਚੀਜ਼ ਹੈ। ਅਸੀਂ ਤਾਂ ਸਾਰੇ ਸਭ ਲੋਕਾਂ ਨੂੰ ਇਨਵਾਈਟ ਕੀਤਾ ਸੀ ਕਿ ਆ ਕੇ ਦੇਖੋ, ਪੁੱਛੋ, ਅੰਦਰ ਜਾ ਕੇ ਦੇਖੋ। ਮੁਹੰਮਦ ਖਾਲਿਦ, ਸਾਡਾ ਸੰਵਿਧਾਨ ਕੀ ਕਹਿੰਦਾ ਤੇ RSS ਕੀ ਕਹਿੰਦੀ ਹੈ, ਮੈਨੂੰ ਇਹ ਥੋੜਾ ਸਮਝਾ ਦਿਓ ਤੁਸੀਂ। ਦੇਖੋ, ਅਗਰ ਸੰਵਿਧਾਨ ਜਿਹੜਾ ਹੈਗਾ ਇੱਕ ਸੈਕੂਲਰ ਦੀ ਗੱਲ ਕਰਦਾ, ਔਰ ਸੈਕੂਲਰਿਜ਼ਮ ਸਾਡਾ ਬੇਸ ਹੈ, ਸਾਡੇ ਸਮਾਜ ਦਾ ਵੀ ਬੇਸ ਹੈ, ਸਾਡੇ ਪੋਲੀਟੀਕਲ ਐਸਟੈਬਲਿਸ਼ਮੈਂਟ ਦਾ ਵੀ ਬੇਸ ਹੈ, ਸਾਡੇ ਸੰਵਿਧਾਨ ਦਾ ਵੀ ਬੇਸ ਹੈ। ਅਗਰ ਸੈਕੂਲਰਿਜ਼ਮ 'ਤੇ ਤੁਸੀਂ ਵਿਸ਼ਵਾਸ ਕਰਦੇ ਹੋ, ਫਿਰ ਹਿੰਦੂ ਰਾਸ਼ਟਰ ਦੀ ਗੱਲ ਹੀ ਕਿਉਂ ਕਰਨੀ ਹੈ? ਪਹਿਲੀ ਗੱਲ। ਦੂਸਰੀ ਗੱਲ ਇਹ ਹੈਗੀ ਹੈ, ਜਦ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਆਟੋਮੈਟਿਕ ਮਾਇਨੋਰਟੀਜ਼ ਐਕਸਕਲੂਡ ਹੋ ਜਾਂਦੀਆਂ, ਕਿਉਂਕਿ ਜਿਹੜੀਆਂ ਮਾਇਨੋਰਟੀਜ਼ ਹੈ, 15% ਮੁਸਲਿਮਸ ਹੈ ਜਾਂ ਸਿੱਖ ਹੈ ਜਾਂ ਕ੍ਰਿਸਚਨਸ ਹੈ ਜਾਂ ਦੂਸਰੇ ਫੇਥ ਹੈ, ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਤੁਸੀਂ ਡਰਾਉਂਦੇ ਹੋ ਕਿ ਤੁਸੀਂ ਜਿਹੜਾ ਹੈਗਾ ਹਿੰਦੁੱਤਵ ਦਾ ਹੀ ਪਾਰਟ ਬਣ ਕੇ ਰਹੋਗੇ, ਹਿੰਦੂ ਰਾਸ਼ਟਰ ਦੇ ਵਿੱਚ ਸਮਿਲਿਤ ਹੋ ਜਾਂਦੇ। ਤਾਂ ਇਹਦਾ ਮਤਲਬ ਇਹ ਹੈਗਾ ਕਿ ਉੱਥੇ ਤੁਹਾਡੀ ਜਿਹੜੀ ਨਾਗਰਿਕਤਾ ਹੈਗੀ ਆ ਉਹ ਸੈਕਿੰਡ ਰੈਂਕ ਹੋਏਗੀ। ਸੈਕੂਲਰਿਜ਼ਮ ਜਿਸ ਵੇਲੇ, ਜਦ ਤੁਸੀਂ ਸੈਕੂਲਰਿਜ਼ਮ 'ਤੇ ਵਿਸ਼ਵਾਸ ਕਰ ਲਿਆ,
फिर तो होर किसी किस्म का डिबेट खड़े नहीं करना चाहिए। तुम सैकुलरिज्म पर विश्वास करो, ये तो डाइक एक बिल्कुल ही कंट्राडिक्शन होगी कि तुम कहने जी बहुत ज़्यादा विश्वास तो करते हैं संविधान के उपर और दूसरे पास अं हिंदू राष्ट्र का पार्ट भी बनाओगे, ये तो बिल्कुल कंट्राडिक्टी चीज़ है। इस करके सैकुलरिज्म जोड़ा है अगर वो विश्वास है तो जोड़ा है RSS या दूसरिया जड़िया इस तरह दर्गनाइजेशन है उन्होंने RSS एसेंशियली एक पोलीटिकल ऑर्गेनाइजेशन है। अगर इन्हों इस चीज़ पर विश्वास है तो इन्हों अपनी आइडियोलॉजी ठप करके सैकुलरिज्म के झंडे के अंदर आ जाना चाहिए, भगवान झंडा छड़ देना चाहिए। बिल्कुल, एक छोटा ब्रेक लेना, ब्रेक तो वापस आवेंगे। कि संघ ने सुर बदल लिया? संघ कहता सुर नहीं बदले, साढ़े सुर तो वह जे है तुहाडा नजरिया बदल गया। संघ यह कहता सवाल ये संघ तो पूछा जाएगा, देश की राजनीति का वाल उन्हें ध्यान नहीं गा, राष्ट्र नीति वाल ध्यान कहते साडा हैगा, पर सवाल यह है कि संघ नूं हुण राष्ट्र नीति ज़्यादा याद क्यों आ रही है, तो मुस्लिम भाईचारा क्यों ज़्यादा याद आ रहा, क्योंकि मिशन 2019 अगे है। फिर तो वापस आ रहे हैं, यह सारा कुछ उस दे लई भारत का भविख ता नहीं रचा जा रहा। फिर तो वापस आ रहे हैं, तो दिल्ली च संघ मुखी मोहन भागवत के बयान का भविख ही है। विक्रमजीत, शिकागो दे विच शेर कुत्ते की गल हो रही है, मोदी साहब बोरा मुसलमानों मिलन जा रहे हैं, उस तो बाद मोहन भागवत जी ये सम्मेलन करते हैं, इन्हां तिन्हां का कोई आपस कनैक्शन है? आई थिंक सब तो बड़ी गल है कि इन्होंने चार साल साढ़े चार साल जिहड़ा रूल किया उहदे विच इन्होंने एक बड़ी रियलाइजेशन हुई है कि इन्हां दी जिहड़ी हार्ड हिंदुत्व पॉलिटिक्स जो इन्होंने चलाई आइडियोलॉजी ये वर्क नहीं की, और इन्हां नूं अज 2019 इलैक्शन बारे अंदरों इन्हां नूं काफ़ी घबराहट हुई है। सब तो वड्डी इन्हां नूं घबराहट यह हुई है कि जिहड़े दलित वर्ग हैगे ਉਹ ਇਹਨਾਂ ਤੋਂ ਕਾਫੀ ਹੁਣ ਐਲੀਨੇਟ ਹੋਣ ਦੀ ਇਹਨਾਂ ਦੀ ਹੈ ਕਿ ਇਹ ਦੇਸੀ ਹਿੰਦੂਤਵਾ ਐਜ਼ ਐਂਟੀ ਕਨਸਟੀਟਿਊਸ਼ਨ ਐਜ਼ ਐਂਟੀ ਅੰਬੇਦਕਰ, ਚਾਹੇ ਜਿੰਨੀਆਂ ਵਧੀਆ ਮਿੱਠੀਆਂ ਗੱਲਾਂ ਅੰਬੇਦਕਰ ਬਾਰੇ ਅਤੇ ਕਨਸਟੀਟਿਊਸ਼ਨ ਬਾਰੇ ਕਰਨ, ਪਰ ਅੰਦਰੋਂ ਇਹਨਾਂ ਦਾ ਦਿਲ ਸਾਫ਼ ਨਹੀਂ ਹੈ। ਤੁਸੀਂ ਦੇਖੋ ਕਿ ਦਲਿਤਸ ਬਹੁਤ ਹੀ ਇਹ ਗੱਲ ਆ ਰਹੀ ਹੈ, ਉਹਨਾਂ ਵੀਡੀਓਜ਼ ਵੀ ਉਹਨਾਂ ਦੇ ਲੀਡਰਸ ਉਹਨਾਂ ਦੇ ਲੋਇਰਸ ਨੇ ਜਾਰੀ ਕੀਤੇ ਨੇ ਕਿ ਇਹ ਕਨਸਟੀਟਿਊਸ਼ਨ ਦੇ ਖਿਲਾਫ਼ ਨੇ। ਦੂਜਾ ਜਿਹੜਾ ਹੈ ਕਾਂਗਰਸ ਨੇ ਆਪਣਾ ਮੋਡਰੇਟ ਸੌਫਟ ਹਿੰਦੂਇਜ਼ਮ ਜਿਹੜਾ ਚਲਾਇਆ ਉਹ ਵੀ ਇਹਨਾਂ ਨੂੰ ਘਬਰਾਹਟ ਹੈ, ਕਿਉਂਕਿ ਵਾਸਟ ਮਜੋਰਿਟੀ ਆਫ ਜਿਹੜੇ ਸਾਡੇ ਹਿੰਦੂ ਭਰਾ ਨੇ ਉਹ ਮੋਡਰੇਟ ਨੇ, ਦੇ ਡੂ ਨੋਟ ਪ੍ਰੀਫਰ ਦਿਸ ਐਕਸਟ੍ਰੀਮਿਸਟ ਰੈਡੀਕਲਿਜ਼ਮ। ਰਾਹੁਲ ਗਾਂਧੀ ਦਾ ਨਰਮ ਹਿੰਦੂਤਵ ਵਾਲਾ ਚਿਹਰਾ ਉਹ ਵੀ ਇਹਨਾਂ ਤੋਂ, ਇੱਕ ਦਲਿਤ ਵਾਲਾ ਇਸ਼ੂ, ਇੱਕ ਮੁਸਲਮਾਨ ਭਾਈਚਾਰੇ ਵਾਲਾ ਇਸ਼ੂ। ਦੂਜਾ ਇਹਨਾਂ ਨੂੰ ਬਾਹਰੋਂ ਵੀ ਕ੍ਰਿਟਿਸਿਜ਼ਮ ਆਈ ਹੈ, US ਕਾਂਗਰਸ ਦੇ ਥਿੰਕ ਟੈਂਕਸ ਨੇ ਇਹਨਾਂ ਦੇ ਖਿਲਾਫ਼ ਬੜੀ ਰਿਪੋਰਟਸ ਦਿੱਤੀਆਂ ਨੇ ਕਿ ਬਜਰੰਗ ਦੰਗ, VHP, RSS, BJP ਨੇ ਇੰਡੀਆ ਵਿੱਚ ਰਿਲੀਜੀਅਸ ਫਰੀਡਮਸ ਨੂੰ ਕਰਬ ਕੀਤਾ। ਦੇਖੋ, ਨਰਿੰਦਰ ਮੋਦੀ ਵਾਜ਼ ਨੋਟ ਅਲਾਊਡ ਗਿਵਨ ਅ ਵੀਜ਼ਾ ਟੂ US ਆਫਟਰ ਗੁਜਰਾਤ ਪੋਗਰਾਮ, ਪ੍ਰਾਈਮ ਮਿਨਿਸਟਰ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਵੈਨ ਹੀ ਵਾਜ਼ ਚੀਫ ਮਿਨਿਸਟਰ। US ਕਾਂਗਰਸ ਦੀ ਰਿਪੋਰਟਸ ਵੀ, ਓਬਾਮਾ ਨੇ ਵੀ ਮੋਦੀ ਨੂੰ ਕਿਹਾ ਕਿ ਤੁਸੀਂ ਇੰਡੀਆ ਵਿੱਚ ਆਪਣੀ ਰਿਲੀਜੀਅਸ ਫਰੀਡਮਸ ਨੂੰ ਕਰਬ ਨਾ ਕਰੋ। ਸੋ ਸੋ ਇਹ ਸਾਰੀ ਤੁਸੀਂ ਫੈਕਟਰਸ ਨੂੰ ਅਗਰ ਕਾਊਂਟ ਕਰੋਗੇ, ਜਿਹੜੇ ਦਲਿਤ ਦੀ ਐਲੀਨੇਸ਼ਨ ਹੈ, ਮੁਸਲਮਾਨਾਂ ਨੂੰ ਜਿਸ ਤਰ੍ਹਾਂ ਲਿੰਚ ਕੀਤਾ ਜਾ ਰਿਹਾ ਹੈ, ਉਹਨਾਂ 'ਤੇ ਇੱਕ ਵਾਇਲੈਂਸ ਹੋ ਰਹੀ ਹੈ, ਉਹ ਲੈ ਕੇ ਭਾਗਵਤ ਜੀ ਨੇ ਇੱਕ ਸੋਚੀ ਸਮਝੀ ਜਿਹੜੀ ਇਹਨਾਂ ਦੀ ਡਾਇਲੋਗ, ਇਹ ਬੋਲਣ ਵਿੱਚ ਬੜੇ ਵਧੀਆ ਨੇ, ਮਿਠਾਸ, ਮਿੱਠੀਆਂ ਗੱਲਾਂ ਕਰਨੇ, ਜ਼ੁਬਾਨ ਬਹੁਤ ਇਹਨਾਂ ਦੀ ਵਰਲਡ ਕਲਾਸ ਜ਼ੁਬਾਨ ਹੈ ਇਹਨਾਂ ਦੀ, ਬਟ ਇਹਨਾਂ ਤੁਸੀਂ ਇਹਨਾਂ ਨੂੰ ਇੱਕ ਇੰਪ੍ਰੈਸ਼ਨ ਜਿਹਾ ਇਹਨਾਂ ਨੇ ਕ੍ਰੀਏਟ ਕੀਤਾ ਕਿ ਅਸੀਂ ਬੜੇ ਅਕੋਮੋਡੇਟਿੰਗ ਆ, ਮੋਡਰੇਟ। ਵਿਕਰਮਜੀਤ, ਤੁਹਾਡੇ ਜਵਾਬ ਵਿੱਚ ਮੇਰਾ ਸਵਾਲ ਜਿਹੜਾ ਸਿੰਪਲ ਕਰਕੇ ਮੈਂ ਪੁੱਛਣਾ ਚਾਹ ਰਿਹਾ ਕਿ ਸੰਘ ਜਿਹੜਾ ਉਹ ਆਤਮ ਚਿੰਤਨ ਕਰ ਰਿਹਾ ਜਾਂ ਇੱਕ ਸਾਜ਼ਿਸ਼ ਰਚ ਰਿਹਾ ਇਹਦੇ ਵਿੱਚ? ਇਨ ਮਾਈ ਵਿਊ ਇਟ ਇਜ਼ ਅ ਟੈਕਟੀਕਲ ਐਡਜਸਟਮੈਂਟ, ਰਣਨੀਤੀ ਹੈ, ਟੈਕਟੀਕਲ ਐਡਜਸਟਮੈਂਟ ਟੂ ਅਲੇ ਦੀ ਐਪਰੀਹੈਂਸ਼ਨਸ ਜਿਹੜੀਆਂ ਇੰਡੀਆ ਵਿੱਚ ਆ ਰਹੀਆਂ ਨੇ ਕਿ ਇਹ ਜਿਹੜਾ RSS BJP ਲੈਡ ਜਿਹੜਾ ਕੰਬਾਈਨ ਹੈ, VHP ਬਜਰੰਗ ਦਲ ਨਾਲ ਨੇ, ਲੁੰਪਨ ਐਲੀਮੈਂਟਸ ਵੀ ਨਾਲ ਨੇ, ਤੁਸੀਂ ਦੇਖਿਆ ਸੀ ਕਨਵਰੀਆ ਯਾਤਰਾ ਹੋਈ ਆ, ਤੁਸੀਂ ਦੇਖਿਆ ਸਮਾਂ ਦਮ ਇਹਨਾਂ ਨੇ ਕਿਸ ਤਰ੍ਹਾਂ ਬਿਹੇਵ ਕੀਤਾ, ਇੱਕ ਹੱਥ ਵਿੱਚ ਤਿਰੰਗਾ ਫੜਿਆ ਹੋਇਆ, ਦੂਜੇ ਹੱਥ ਪਾਣੀ ਕਰਿਆ ਅਤੇ ਦੇਅਰ ਇੰਡਲਜਿੰਗ ਇਨ ਵਾਇਲੈਂਸ। ਸੋ ਇਹਨਾਂ ਨੇ ਬੜਾ, ਦੇਖੋ ਆਈ ਥਿੰਕ ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਸਮਝਣੀ ਪਏਗੀ, ਇਹ ਸਾਰਾ ਤੱਤ ਇਹਦਾ ਹੀ ਹੈ ਕਿ ਇਹ ਜਿਹੜੀ ਇਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਉਹ ਇੱਕ ਇੰਟੈਲੀਜੈਂਸੀਆ ਲਈ, ਵਰਲਡ ਥਿੰਕਰਸ ਲਈ ਇੱਕ ਇਹਨਾਂ ਨੇ ਗੱਲ ਦਿੱਤੀ ਹੈ, ਬਟ ਗਰਾਸਰੂਟ ਲੈਵਲ 'ਤੇ ਇਹ ਦੂਜੀ ਗੱਲ ਕਰ ਰਹੇ ਨੇ। ਗਰਾਸਰੂਟ ਲੈਵਲ 'ਤੇ ਇਟਸ ਕਾਲਡ ਐਵਰੀ ਡੇ ਕਮਿਊਨਲਿਜ਼ਮ, ਛੋਟੀ ਛੋਟੀ ਘਟਨਾਵਾਂ ਨੂੰ ਲੈ ਕੇ ਤੁਸੀਂ ਇੱਥੇ ਨਮਾਜ਼ ਨਹੀਂ ਪੜ੍ਹ ਸਕਦੇ, ਮੁਸਲਿਮ ਲੋਕੈਲਿਟੀਜ਼ ਵਿੱਚੋਂ ਜਾਣ ਬੁੱਝ ਕੇ ਰੈਲੀਜ਼ ਲੈ ਕੇ ਜਾਣੀਆਂ, ਦੇਖਾ ਤੁਸੀਂ ਦੇਖੋ ਲਵ ਜਿਹਾਦ ਤੇ ਬੰਦਿਆਂ ਨੂੰ ਲਿੰਚ ਕਰ ਰਹੇ ਨੇ, ਜਿਸ ਬੰਦੇ ਨੇ ਰਾਜਸਥਾਨ ਵਿੱਚ ਕੈਟਲ ਟ੍ਰੇਡਰ ਨੂੰ ਲਿੰਚ ਕੀਤਾ
ਉਹਦੇ ਲਈ ਫੰਡਿੰਗ ਡਰਾਈਵ ਰੇਜ਼ ਕੀਤੀ, ਉਹ ਅੱਜ ਇਲੈਕਸ਼ਨ ਲੜਨ ਨੂੰ ਤਿਆਰ ਹੈਗਾ। ਗਾਰਲੈਂਡਿੰਗ ਕੀਤੀ ਜਾਂਦੀ, ਗਾਰਲੈਂਡ ਇੱਕ ਮਿੰਟ, ਹਰਿਆਣੇ ਦੇ ਵਿਲੇਜ ਦੀ ਅੱਜ ਹੀ ਖਬਰ ਆਈ ਹੈ ਕਿ ਪੰਚਾਇਤ ਕਹਿੰਦੀ ਕਿ ਤੁਸੀਂ ਆਪਣੀ ਦਾੜੀ ਨਾ ਰੱਖੋ, ਠੀਕ ਹੈ ਜੀ, ਤੁਸੀਂ ਆ ਨਾ ਕਰੋ। ਸੋ ਮੈਂ ਪੁੱਛਦਾ ਕਿ RSS ਦੀ ਜਦ ਤੱਕ ਇਹ ਜਿਹੜੇ ਵੱਡੇ ਲੀਡਰ ਗੱਲ ਕਰਨਗੇ, ਜਦ ਤੱਕ ਉਹਨਾਂ ਦੇ ਗਰਾਸਰੂਟਸ ਕਾਡਰ ਜਿਹੜੇ ਨੇ, ਜਿਹੜਾ ਇਹਨਾਂ ਦੇ ਬੰਦੇ ਗਰਾਸਰੂਟਸ 'ਚ ਫੰਕਸ਼ਨ ਕਰੇ, ਜਦ ਤੱਕ ਇਹ ਮੈਸੇਜ ਉਹ ਅਬਜ਼ੋਰਬ ਨਹੀਂ ਕਰਦੇ ਔਰ ਇੰਪਲੀਮੈਂਟ ਨਹੀਂ ਕਰਦੇ, ਇਹ ਗੱਲਾਂ ਇਹਨਾਂ ਦੀਆਂ ਹਵਾ ਵਿੱਚ ਰਹਿਣਗੀਆਂ ਔਰ ਸਾਨੂੰ ਕਹਿੰਦੇ ਨਾ ਉਹ ਅੱਖਾਂ ਵਿੱਚ ਧੁਲ ਸੁੱਟਣ ਵਾਲੀ ਗੱਲ ਧੂੜ ਸੁੱਟ ਰਹੇ। ਮੁਹੰਮਦ ਖਾਲਿਦ, ਫਿਰ ਇਹ ਸਵਾਲ ਨਹੀਂ ਪੁੱਛਿਆ ਜਾਣਾ ਚਾਹੀਦਾ ਵੀ ਸਰ ਨੇ ਸੰਘ ਨੇ ਸੁਰ ਬਦਲ ਲਏ ਆ, ਸਵਾਲ ਇਹ ਪੁੱਛਿਆ ਜਾਣਾ ਚਾਹੀਦਾ ਕਿ ਸੰਘ ਆਪਦੇ ਸੁਰਾਂ 'ਤੇ ਪੱਕਾ ਸਿਰਫ ਭਾਸ਼ਾ ਬਦਲੀ? ਦੇਖੋ ਇੱਦਾਂ ਹੈਗਾ, ਸੰਘ ਦੀ ਆਈਡੀਓਲੋਜੀ ਅੱਜ ਦੀ ਨਹੀਂ ਹੈ, ਸੰਘ ਦੀ ਆਈਡੀਓਲੋਜੀ ਆਪਾਂ 50 ਸਾਲ ਤੋਂ ਦੇਖ ਰਹੇ ਹਾਂ। 1952 ਤੋਂ ਜਿਸ ਵੇਲੇ ਜਨਸੰਘ ਬਣੀ, ਜਨਸੰਘ ਨੇ ਇਲੈਕਸ਼ਨ ਲੜਨਾ ਸ਼ੁਰੂ ਕੀਤਾ, ਉਸ ਤੋਂ ਬਾਅਦ ਜਿਹੜੀ ਪ੍ਰਮੋਸ਼ਨ ਕੀਤੀ RSS ਨੇ, ਉਹ ਪਹਿਲਾਂ ਜਨਸੰਘ ਦੀ ਪ੍ਰਮੋਸ਼ਨ ਕੀਤੀ, ਉਸ ਤੋਂ ਬਾਅਦ BJP ਦੀ। BJP ਨੂੰ RSS ਤੋਂ, RSS ਨੂੰ BJP ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ, ਨਹੀਂ ਦੇਖਿਆ ਜਾ ਸਕਦਾ ਇਸ ਕਰਕੇ। ਔਰ ਮੈਂ ਇਹ ਕਹਾਂਗਾ ਕਿ ਇਹ ਕਹਿਣਾ ਕਿ RSS ਸਿੰਪਲੀ ਇੱਕ ਕਲਚਰਲ ਔਰਗਨਾਈਜੇਸ਼ਨ ਹੈ, ਇਹ ਅੱਖਾਂ 'ਚ ਧੂਲ ਚੁੱਕਣ ਵਾਲੀ ਗੱਲ ਹੈ। ਇਟਸ ਪਿਓਰਲੀ ਇਹ ਪੋਲੀਟੀਕਲ ਔਰਗਨਾਈਜੇਸ਼ਨ ਜਿਹੜੀ ਕਿ ਆਪਣੇ ਇੱਕ ਵਿੰਗ ਨੂੰ ਦੇਸ਼ 'ਤੇ ਰਾਜ ਕਰਨ ਵਾਸਤੇ ਤਿਆਰ ਕੀਤਾ। ਦੂਸਰੀ ਚੀਜ਼ ਮੈਂ ਇਹਦੇ ਵਿੱਚ ਇਹ ਕਹਾਂਗਾ ਕਿ RSS ਦੀ ਜਿਹੜੀ ਵਿਚਾਰਧਾਰਾ ਹੈਗੀ ਹੈ, ਉਹ ਆਪਣੀ ਇੱਕ ਕੱਟੜ ਐਕਸਕਲੂਸਿਵਨੈਸ ਦੀ ਵਿਚਾਰਧਾਰਾ, ਉਸ ਵਿਚਾਰਧਾਰਾ ਤੋਂ RSS ਕਦੇ ਵੀ ਪਰੇ ਨਹੀਂ ਹੋ ਸਕਦੀ, ਔਰ ਅਗਰ ਹੁੰਦੀ ਵੀ ਹੈ ਉਹ ਸਿਰਫ ਇੱਕ ਦਿਖਾਵਾ ਹੈ। ਇਸ ਕਰਕੇ ਜਿਹੜਾ ਇਹ 3 ਦਿਨਾਂ ਦਾ ਭਾਸ਼ਣ ਹੈ, ਔਰ ਇਹਦੇ ਵਿੱਚ ਜੋ ਕੁਛ ਵੀ ਇਹ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਗਈਆਂ, ਉਹ ਗਰਾਊਂਡ ਪਰ ਬਿਲਕੁਲ ਸਹੀ ਹੈ, ਗਰਾਊਂਡ ਦੇ ਉੱਪਰ ਉਹਨਾਂ ਦੀ ਕੋਈ ਦਿਖਾਈ ਨਹੀਂ ਦਿੰਦਾ। ਉਹ ਸਿਰਫ ਇਹ 2019 ਦਾ ਇਲੈਕਸ਼ਨ ਹੈ, ਅਦਰਵਾਈਜ਼ ਕੁਛ। ਪੁਆਇੰਟ ਮੁਹੰਮਦ ਖਾਲਿਦ ਜੀ ਐਡ ਕਰਾਂਗਾ ਕਿ ਇਹ ਜਿਹੜੀ ਕੋਨਸਟੀਟਿਊਸ਼ਨ ਆਫ ਇੰਡੀਆ ਦੀ ਜਿਹੜੀ ਗੱਲ ਹੈ, ਬੜਾ ਵਾਈਟਲ ਇਸ਼ੂ ਹੈ ਕਿ ਕੋਨਸਟੀਟਿਊਸ਼ਨ ਆਫ ਇੰਡੀਆ, ਤੁਸੀਂ ਭਾਗਵਤ ਜੀ ਦੀ ਸਟੇਟਮੈਂਟਸ ਪਿਛਲੇ ਸਾਲ ਔਰ ਉਹ ਤੋਂ ਪਹਿਲਾਂ 2016 ਦੀ ਪੜ੍ਹ ਲਓ, ਉਹਨਾਂ ਨੇ ਕੋਨਸਟੀਟਿਊਸ਼ਨ ਆਫ ਇੰਡੀਆ 'ਤੇ ਟਿੱਪਣੀਆਂ ਰੇਜ਼ ਕੀਤੀਆਂ। ਅੱਜ ਉਹ ਹੋਲੀ ਪੂਰਾ ਐਕਸੈਪਟ ਕਰਦੇ ਨੇ ਕੋਨਸਟੀਟਿਊਸ਼ਨ, ਮੀਨਸ ਇਹ 2 ਸਾਲਾਂ 'ਚ ਕਿਉਂ ਚੇਂਜ, 2 ਸਾਲਾਂ 'ਚ ਕਿਉਂ ਚੇਂਜ। ਦੂਜੀ ਸਭ ਤੋਂ ਮੈਟਰ ਆਫ ਰਿਕਾਰਡ ਹੈ, 30th November 1949, 4 ਦਿਨ ਆਫਟਰ ਕੋਨਸਟੀਟਿਊਟ ਅਸੈਂਬਲੀ ਆਫ ਇੰਡੀਆ ਨੇ ਸਾਡਾ ਕੋਨਸਟੀਟਿਊਸ਼ਨ ਐਕਸੈਪਟ ਕੀਤਾ, ਔਰਗਨਾਈਜ਼ਰ ਨੇ ਆਡੀਟੋਰੀਅਲ ਲਿਖਿਆ, ਤੋ ਮੈਟਰ ਆਫ ਰਿਕਾਰਡ ਹੈ ਕਿ ਦੇਖੋ ਜੀ ਕੋਨਸਟੀਟਿਊਸ਼ਨ ਤਾਂ ਇਹਨਾਂ ਨੇ ਬਣਾ ਤਾ, ਪਰ ਸਾਡਾ ਜਿਹੜਾ ਗ੍ਰੇਟ ਕੋਨਸਟੀਟਿਊਸ਼ਨਲ ਆਈਡੀਆ ਆਫ ਮਨੂਜ਼ ਲਾਅ, ਜਿਹੜੇ ਮਨੁਸਮ੍ਰਿਤੀ ਦੇ ਲਾਅ ਸੀਗੇ, ਉਹ ਸਾਡੇ ਕੋਨਸਟੀਟਿਊਸ਼ਨ ਜਿਹੜੇ ਮੇਕਰਸ ਨੇ ਉਹਨਾਂ ਨੂੰ ਕੋਈ ਇਹਦਾ ਫਿਕਰ ਨਹੀਂ ਹੈ, ਇਹ ਔਰਗਨਾਈਜ਼ਰ ਦਾ ਐਡੀਟੋਰੀਅਲ ਹੈ। ਸੋ ਇਹਨਾਂ ਦੀ ਜਿਹੜੀ ਸੋਚ ਹੈ, ਅੱਜ ਓਪਨਲੀ ਨਹੀਂ ਕਹਿ ਸਕਦੇ ਕਿ ਅਸੀਂ ਮਨੂ ਦੇ ਲਾਅ ਚਾਹੁੰਦੇ ਨੇ, ਬਟ ਇਹਨਾਂ ਨੇ ਮਨੂ ਦੇ ਲਾਅ ਨੂੰ ਬੜੇ ਤਰੀਕੇ ਨਾਲ ਇੰਪਲੀਮੈਂਟ ਕਰ ਰਹੇ ਨੇ। ਫੋਰ ਐਗਜ਼ਾਮਪਲ, ਇਨਫੋਰਮੇਸ਼ਨ ਮਿਨਿਸਟਰੀ ਜਿਹੜੀ ਆ, ਲੇਟੈਸਟ ਡਾਇਰੈਕਟਿਵ ਆਇਆ ਕਿ ਤੁਸੀਂ ਦਲਿਤ ਵਰਡ ਨਾ ਯੂਜ਼ ਕਰੋ, ਸ਼ਡਿਊਲ ਕਾ ਸ਼ਡਿਊਲ ਟ੍ਰਾਈਬ ਯੂਜ਼ ਕਰੋ। ਇੱਕ ਦਲਿਤ ਇੱਕ ਸਟਰਗਲ ਦਾ ਰੈਪ੍ਰਜੈਂਟੇਟਿਵ ਵਰਡ ਹੈਗਾ। ਮੈਂ ਪੁੱਛਦਾ ਇਨਫੋਰਮੇਸ਼ਨ ਮਿਨਿਸਟਰੀ ਨੂੰ ਕਿ ਤੁਸੀਂ ਇਹ ਤਾਂ ਬੜੀ ਵਧੀਆ ਐਡਵਾਈਸ ਦਿੱਤੀ, ਤੁਸੀਂ ਮੀਡੀਆ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਸਟੋਪ ਯੂਜ਼ਿੰਗ ਦ ਵਰਡਸ ਅਪਰ ਕਾਸਟ ਐਂਡ ਲੋਅਰ ਕਾਸਟ, ਅਪਰ ਕਾਸਟ ਔਰ ਲੋਅਰ ਕਾਸਟ ਕਿਸ ਲਾਅ, ਕਿਸ ਕਨਸਟੀਟਿਊਸ਼ਨ ਵਿੱਚ? ਇਹ ਵੀ ਰੋਕਣਾ ਚਾਹੀਦਾ ਨਾ, ਮੁਸਲਿਮ ਵੋਟ ਬੈਂਕ ਕਿਉਂ ਕਹਿੰਦੇ ਆ ਅਸੀਂ, ਦਲਿਤ ਵੋਟ ਬੈਂਕ ਕਿਉਂ ਕਹਿੰਦੇ ਆ ਅਸੀਂ, ਹਿੰਦੂ ਵੋਟ ਬੈਂਕ ਕਿਉਂ ਕਹਿੰਦੇ ਆ ਅਸੀਂ, ਸਾਰੇ ਰੋਕਣਾ ਚਾਹੀਦਾ। ਕੇਪੀ ਜੀ ਇੱਕ ਮਿੰਟ ਮੇਰੀ ਗੱਲ ਸੁਣੋ, ਆਪਾਂ ਅਗਰ RSS ਨੂੰ ਸਿਰਫ ਐਂਟੀ ਮੁਸਲਿਮ ਜਾਂ ਮੁਸਲਿਮਸ ਦੇ ਤਰਫ ਜਿਹੜਾ ਉਹਨਾਂ ਦਾ ਰਵੱਈਆ ਅਗਰ ਅੰਡਰਸਟੈਂਡ ਕਰਾਂਗੇ ਤਾਂ ਅਸੀਂ ਪਾਰਸ਼ਲ ਹਾਂ। RSS ਔਰ ਹਿੰਦੂਤਵ ਆਈਡੀਓਲੋਜੀ ਦਾ ਸਭ ਤੋਂ ਵੱਡਾ ਜਿਹੜਾ ਕੰਸਰਨ ਹੈ, ਉਹ ਵਿਦਇਨ ਦਾ ਹਿੰਦੂ ਆਰਡਰ ਜਿਹੜੀ ਅਪਹੀਵਲ ਆ ਰਹੀ ਹੈ, ਜਿਹੜੀ ਦਲਿਤ ਰਾਈਜ਼ ਕਰ ਰਹੇ ਨੇ, ਜਿਹੜੇ ਜੋ ਸੋ ਕਾਲਡ ਸ਼ੂਦਰਜ਼ ਆ ਰਾਈਜ਼ਿੰਗ, ਇਹ ਇਹਨਾਂ ਨੂੰ ਅੰਦਰੋਂ ਤਕਲੀਫ ਹੋ ਰਹੀ ਹੈ ਔਰ ਉਹਨੂੰ ਮੈਨੇਜ ਕਰਨ ਲਈ ਇਹਨਾਂ ਦੇ ਅੰਦਰੋਂ ਹੀ ਆਵਾਜ਼ ਆ ਰਹੀ ਹੈ ਤੇ ਉਸ ਆਵਾਜ਼ ਨੂੰ ਉਹਨਾਂ ਨੂੰ ਸੁਣਨਾ ਪੈ ਰਿਹਾ, ਡਾਈਵਰਟ ਕਰ ਰਹੇ ਨੇ ਔਨ ਟੂ ਮੁਸਲਿਮਸ। ਇਹ ਵੀ ਇਹਨਾਂ ਦੀ ਇੱਕ ਸਟ੍ਰੈਟੇਜਿਕ ਪਲੋਏ। ਮੈਂ ਤੁਹਾਨੂੰ ਦੱਸਦਾ ਜੀ, ਮੁਸਲਿਮਸ ਨੂੰ ਤੁਸੀਂ ਇੱਕ ਵਿਲਨ ਦੇ ਰੂਪ ਦੇ ਵਿੱਚ ਜਦ ਪੇਸ਼ ਕਰੋਗੇ ਤਾਂ ਬਾਕੀ ਨੂੰ ਤੁਸੀਂ ਕੰਸੋਲੀਡੇਟ ਕਰ ਸਕਦੇ ਹੋ, ਇਹ ਕਹਿ ਕੇ ਸਾਰੀਆਂ ਇਲਸ ਜਿਹੜੀਆਂ ਹੈਗੀਆਂ ਇਹਨਾਂ ਦੀ ਵਜ੍ਹਾ ਕਰ। ਰਾਈਟ, ਐਬਸੋਲੂਟਲੀ, ਦੈਟ ਇਜ਼ ਸੁਨਵਾਰੇ ਸਰ, ਸੁਨਵਾਰੇ ਸਰ, ਸਵਾਲ ਬੜਾ ਮਹੱਤਵਪੂਰਨ ਹੈ। ਸੰਘ ਮੁਖੀ ਨੇ ਜਿਹੜਾ ਭਾਸ਼ਣ ਦਿੱਤਾ, ਜਿਹੜੇ ਸਵਾਲਾਂ ਜਵਾਬ ਦਿੱਤੇ, ਉਹਦੀ ਸਕ੍ਰਿਪਟ ਕਿਹਨੇ ਲਿਖੀ ਸੀ? ਸਾਹਿਬ ਜੀ, ਇਹ KP ਜੀ, ਮੈਂ ਆਪ ਜੀ ਦੇ ਸਵਾਲ ਤੋਂ ਜਵਾਬ ਦੇਣ ਤੋਂ ਪਹਿਲੇ ਮੇਰੇ ਸਾਥੀ ਪੈਨਲਿਸਟ ਇੱਥੇ ਖੜੇ ਹੋਏ ਨੇ, ਉਹਨਾਂ ਨੂੰ ਥੋੜ੍ਹਾ ਕਨਫਿਊਜ਼ਨ ਹੋ ਗਿਆ ਹਿੰਦੂਤਵ ਔਰ ਹਿੰਦੂਇਜ਼ਮ ਵਿੱਚ। ਹੁਣ ਤੁਸੀਂ ਸਵਾਲ ਪੁੱਛਿਆ ਮੇਰੇ ਕਾਂਗਰਸੀ ਭਰਾ ਨਾਲ ਕਿ ਮੰਦਿਰ ਜਾਣਾ ਕੋਈ ਗੁਨਾਹ ਨਹੀਂ ਹੈ, ਉਹ ਹਿੰਦੂ, ਉਹ ਇੱਕ ਰਿਲੀਜਨ ਹੈ। ਅਸੀਂ ਜਿਹੜਾ ਸਾਡਾ ਸੰਘ ਹੈ, ਸਾਡੇ ਸਰ ਸੰਚਾਲਕ ਜੀ ਨੇ ਜੋ ਕਿਹਾ, ਉਹ ਹਿੰਦੂਤੋਂ ਕੀ ਬਾਤ ਕਰ ਰਿਹਾ, ਹਿੰਦੂਇਜ਼ਮ ਕੀ ਨਹੀਂ ਬਾਤ ਕਰ ਰਿਹਾ। ਹੁਣ ਫਲੈਗ ਦੀ ਗੱਲ ਤੁਸੀਂ ਸਵਾਲ 'ਤੇ ਪੁੱਛਿਆ ਸੀ,
ਆਜ਼ਾਦੀ ਦੀ ਪਹਿਲੀ ਕਾਂਗਰਸ ਦੀ ਜਿਹੜੀ ਅਧਿਵੇਸ਼ਨ ਹੋਇਆ ਸੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨੇਤਰਤਵ ਵਿੱਚ 80 ਫੁੱਟ ਦੇ ਖੰਭੇ ਤੇ ਤਿਰੰਗਾ ਜਿੰਨਾ ਚੜ੍ਹਾਉਣਾ ਸੀ ਉਹ ਨਹੀਂ ਚੜ੍ਹ ਪਾਇਆ ਸੀ ਗਿਰੀ ਤੋ ਇੱਕ ਤੁਸੀਂ ਸੈਕੂਲਰ ਹੋ ਸੈਕੂਲਰ ਹੈ ਬੀਜੇਪੀ ਸੈਕੂਲਰ ਹੈ ਬੀਜੇਪੀ ਸੈਕੂਲਰ ਹੈ ਅਸੀਂ ਆਰਐਸਐਸ ਸੈਕੂਲਰ ਹੈ ਸੈਕੂਲਰ ਕਾ ਸੈਕੂਲਰ ਦੀ ਡੈਫੀਨੇਸ਼ਨ ਤੁਸੀਂ ਕੀ ਕਹਿੰਦੇ ਹੋ ਅਸੀਂ ਤਾਂ ਕਹਿੰਦੇ ਹਾਂ ਤੁਸੀਂ ਕੀ ਕਹਿੰਦੇ ਹੋ ਅਸੀਂ ਤਾਂ ਕਹਿੰਦੇ ਸਰਵ ਧਰਮ ਕਹਿੰਦੇ ਹੋ ਨਾ ਹਾਂ ਸਾਂਝੀਵਾਦ ਦੀ ਗੱਲ ਕਰਦੇ ਹੋ ਤੁਸੀਂ ਜੋ ਵੀ ਹਮਾਰੇ ਹਿੰਦੁਸਤਾਨ ਤੋਂ ਭਾਰਤ ਤੋਂ ਮੈਂ ਹੁਣ ਹਿੰਦੁਸਤਾਨ ਕੀ ਬਜਾਏ ਭਾਰਤ ਕਹਿੰਦਾ ਭਾਰਤ ਦੇ ਜਿੰਨੇ ਸੰਪਰਦਾਇ ਨੇ ਉਹ ਹਮ ਤਾਂ ਭਾਰਤ ਭਾਰਤ ਮੁਸਲਮਾਨ ਦੀ ਟੋਪੀ ਪਾਉਂਦੇ ਤੁਹਾਨੂੰ ਕਿਉਂ ਇਤਰਾਜ਼ ਹੈ ਨਾ हो रहा है हुण तुसी कह रहे हो कि मुसलमानों नू असी हेट करदे ने इंटरकास्ट मैरिज या मेरे साथी ने कहा कि लिंचिंग हो गई लव जिहाद दी जे हिस्ट्री विच जाओगे ਜਿੰਨੇ ਆਰਐਸਐਸ ਦੇ ਵਰਕਰ ਨੇ ਜੋ ਬਾਅਦ ਵਿੱਚ ਬੀਜੇਪੀ ਵਿੱਚ ਉੱਥੇ ਮੈਂ ਆਉਂਗਾ ਕਿ ਤੁਸੀਂ ਕਹਿ ਰਹੇ ਮੇਰੇ ਸਾਥੀ ਨੇ ਕਿਹਾ ਕਿ ਆਰਐਸਐਸ ਜਿਹੜਾ ਨਾ ਮੁਸਲਮਾਨ ਦੀ ਟੋਪੀ ਦਾ ਜਵਾਬ ਨਹੀਂ ਦੇ ਮੈਂ ਕਿਹਾ ਕਿ ਉੱਥੇ ਤੋਂ ਸਾਧੀਆਂ ਅਸੀਂ ਤਾਂ ਸ਼ਾਦੀਆਂ ਕੀਤੀਆਂ ਨੇ ਮੁਸਲਮਾਨਾਂ ਦੇ ਘਰਾਂ ਤੇ ਅਫਸਰ ਦੇਖੋ ਕਿ ਕਿੰਨੇ ਕਿੰਨੇ ਲੋਕਾਂ ਨੇ ਆਰਐਸਐਸ ਕੇ ਲੋਗਿਆਂ ਨੇ ਜਾਂ ਜੋ ਉਹ ਸ਼ਾਦੀਆਂ ਤਾਂ ਕਰ ਸਕਦੇ ਆ ਪਰ ਵਿਰੋਧ ਜਿਹੜਾ ਤੁਸੀਂ ਇੱਥੇ ਰਾਜਨੀਤੀ ਸਟੇਜ ਤੇ ਜਿੱਤੋਂ ਨਹੀਂ ਉੱਤਰ ਹਰੇਕ ਆਦਮੀ ਦਾ ਆਪਣਾ ਧਰਮ ਪਾਲਣ ਦਾ ਆਪਣਾ ਹੱਕ ਅਸੀਂ ਕਿਸੇ ਨੂੰ ਰੋਕਦੇ ਨਹੀਂ ਔਰ ਇਹ ਤੋਂ ਬੜਾ ਸਟੇਟਮੈਂਟ ਕੋਈ ਮੁਸਲਮਾਨਾਂ ਨੂੰ ਜਿਹੜਾ ਡਰ ਲੱਗ ਰਿਹਾ ਹੈ ਫਿਰ ਤੋਂ ਵਾਪਸ ਆਵਾਂਗੇ ਸੰਘ ਦੇ ਨਰਮ ਰੁਖ ਤੇ ਸਿਆਸਤ ਨਰਮ ਕਿਉਂ ਨਹੀਂ ਹੋ ਰਹੀ ਸੰਘ ਦੀ ਇਸ ਮਨਸ਼ਾ ਤੇ ਸਿਆਸਤ ਨੂੰ ਸ਼ੱਕ ਕਿਉਂ ਪੈ ਰਿਹਾ ਇਸ ਸਵਾਲ ਦਾ ਜਵਾਬ ਬ੍ਰੇਕ ਤੋਂ ਬਾਅਦ ਲਵਾਂਗੇ ਜ਼ਰੂਰ ਦਿੱਲੀ 'ਚ ਸੰਘ ਮੁਖੀ ਮੋਹਨ ਭਾਗਵਤ ਦੇ ਬਿਆਨਾਂ ਦਾ ਭੁਇਖ ਕੀ ਹੈਗਾ ਸਦੇ ਸਿੰਘ ਰੋਪੜ ਤੁਸੀਂ ਸੰਘ ਦੇ ਬਹੁਤ ਖਿਲਾਫ਼ ਚੱਲਦੇ ਹੋ ਤੁਸੀਂ ਤਾਂ ਸੰਘ ਨੂੰ ਦਹਿਸ਼ਤਗਰਦੀ ਸੰਗਠਨ ਤੱਕ ਵੀ ਕਿਹਾ ਹੋਇਆ ਕਈ ਵਾਰ ਸਵਾਲ ਇਹ ਹੈ ਕਿ ਹੁਣ ਸੰਘ ਨੇ ਜੇ ਆਪਦੇ ਬਿਆਨ ਸਾਹਮਣੇ ਰੱਖੇ ਹੈ ਸੰਘ ਨੇ ਆਪਦੀ ਦਿਸ਼ਾ ਦੱਸੀ ਹੈ ਕੀ ਹੈ ਹੁਣ ਕਾਂਗਰਸ ਨਰਮ ਕਿਉਂ ਨਹੀਂ ਹੋ ਰਹੀ ਦੇਖੋ ਮੇਰੇ ਨਾ ਸਾਡੇ ਜਿਹੜੇ ਸੀਨੀਅਰ ਜਰਨਲਿਸਟ ਸਾਹਿਬ ਨੇ ਬਿਲਕੁਲ ਸਹੀ ਗੱਲ ਕਹੀ ਹੈ ਅਸੀਂ ਤਾਂ ਇਸ ਗੱਲ ਨੂੰ ਜੇ ਸੰਵਿਧਾਨ ਦੇ ਵਿੱਚ ਰਹਿ ਕੇ ਭਾਰਤ ਦੀ ਗੱਲ ਕਰਕੇ ਹਿੰਦੂਤਵ ਦੀ ਗੱਲ ਨਾ ਕਰਕੇ ਅਸੀਂ ਭਾਰਤ ਦੀ ਗੱਲ ਕਰਕੇ ਕਹਿੰਦੇ ਹਾਂ ਜੇ ਸੰਘ ਨੇ ਸੁਰ ਬਦਲਿਆ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਪਰ ਜੇ ਧਰਾਤਲ 'ਤੇ ਤਾਂ ਦਿਖਣ ਨਾ ਇਹ ਗੱਲਾਂ ਦੇਖੋ ਗੱਲ ਇਹ ਹੈ ਵੀ ਅੱਜ ਅਸੀਂ ਮੁਸਲਮਾਨ ਨੂੰ ਇਹ ਜੋੜ ਕੇ ਮੌਬ ਲਿੰਚਿੰਗ ਕਰਦੇ ਹਾਂ ਜਾ ਕੇ ਵੀ ਇਹ ਗਊ ਦੇ ਉਹ ਖਿਲਾਫ਼ ਹੈ ਜੇ ਅਸੀਂ ਬੈਕਗਰਾਊਂਡ 'ਚ ਜਾਈਏ ਜੇ ਬਾਬਰ ਸੀ ਸਭ ਤੋਂ ਪਹਿਲਾਂ ਗਊ ਹੱਤਿਆ ਦੇ ਉੱਤੇ ਬੈਨ ਬਾਬਰ ਨੇ ਲਾਇਆ ਸੀ ਆ ਕੇ ਵੀ ਉਹਨੇ ਦੋ ਗੱਲਾਂ ਬਹੁਤ ਵੱਡੀਆਂ ਕੀਤੀਆਂ ਸੀ ਵੀ ਇੱਕ ਤਾਂ ਧਾਰਮਿਕ ਸਥਾਨ ਤੇ ਜਾ ਕੇ ਕੋਈ ਆਪਣੇ ਹਥਿਆਰ ਨਹੀਂ ਲੈ ਕੇ ਜਾ ਸਕਦਾ ਕੋਈ ਵੀ ਧਰਮ ਦਾ ਦੂਜਾ ਉਹਨੇ ਕਿਹਾ ਸੀ ਕਹਿਣਾ ਪੈ ਰਿਹਾ ਹਾਂਜੀ ਤੁਸੀਂ ਸਾਰੇ ਗਊ ਹੱਤਿਆ ਦੀ ਗੱਲ ਤਾਂ ਜ਼ਰੂਰ ਕਰਦੇ ਹੋ ਜਿਹੜੇ ਇੱਥੇ ਕੁਪੋਸ਼ਣ ਨਾਲ ਸਾਡੇ ਬੱਚੇ ਮਰਦੇ ਪਏ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਨਹੀਂ ਉਹ ਤਾਂ ਬਿਲਕੁਲ ਨਹੀਂ ਜੇ ਉਹ ਸੀ ਸ਼ੁੱਧ ਕੁਪੋਸ਼ਣ ਨਾਲ ਤਾਂ ਗਈਆਂ ਵੀ ਬਹੁਤ ਮਰ ਰਹੀਆਂ ਨਹੀਂ ਮੈਂ ਕਹਿੰਦਾ ਕੁਪੋਸ਼ਣ ਤੇ ਤਾਂ ਹੁਣ ਸਰਕਾਰ ਗਊਆਂ ਹੀ ਮਰਦੀਆਂ ਪਈਆਂ ਕੁਪੋਸ਼ਣ ਨਾਲ ਸੋ ਹਜ਼ਾਰਾਂ ਦੀ ਗਊਆਂ ਤਾਂ ਜ਼ਿਆਦਾ ਮਰ ਰਹੀਆਂ ਨੇ ਬੱਚਿਆਂ ਤੋਂ ਹਜ਼ਾਰਾਂ ਦੀ ਕਿਉਂਕਿ ਉਹਦਾ ਵਿਚਾਰੀਆਂ ਮੈਦਾਨ 'ਚ ਉਹਦੇ ਸੜਕਾਂ ਤੇ ਆ ਮੈਂ ਬੜੀ ਵੱਡੀ ਵੱਡੀ ਪ੍ਰੋਬਲਮ ਹੁੰਦੀ ਹੈ ਬਟ ਅਸੀਂ ਜਿਹੜੀ ਗੱਲ ਹੈ ਨਾ ਦੂਜੀ ਗੱਲ ਜੇ ਮੈਂ ਉਸ ਗੱਲ ਦੇ ਉੱਤੇ ਕਹਿ ਰਿਹਾ ਸੀਗਾ ਜਿਹੜੀ ਵੀ ਗਊ ਹੱਤਿਆ ਦੇ ਉੱਤੇ ਵੀ ਮੁਸਲਮਾਨਾਂ ਨੂੰ ਜਿਹੜਾ ਅੱਜ ਦੇਸ਼ ਦੇ ਵਿੱਚ ਮਾਹੌਲ ਬਣਾਇਆ ਜਾ ਰਿਹਾ ਉਹ ਗਲਤ ਹੈ ਜੇ ਅਸੀਂ ਦੂਜੀ ਗੱਲ ਦੇਖੀਏ ਜਿਹੜਾ ਮਹਿਮੂਦ ਗਜਨਬੀ ਦਾ ਭਤੀਜਾ ਸੀ ਉਹ ਬੜੈਚ ਪਿੰਡ ਦੇ ਵਿੱਚ ਰਹਿੰਦਾ ਸੀ ਯੂਪੀ ਦੇ ਬਾਰਡਰ 'ਤੇ ਸੋਰੀ ਨੇਪਾਲ ਦੇ ਬਾਰਡਰ ਦੇ ਉੱਤੇ ਯੂਪੀ 'ਚ ਉਸ ਨੇ ਉਹਦਾ ਨਿਕਾਹ ਹੋ ਰਿਹਾ ਸੀ ਉਹਦੇ ਕੰਨ 'ਚ ਆ ਕੇ ਕਿਸੇ ਨੇ ਇੱਕ ਗੱਲ ਕਹੀ ਵੀ ਉੱਥੇ ਗਊਆਂ ਨੂੰ ਬੁੱਚੜ ਲੈ ਕੇ ਜਾ ਰਹੇ ਆ ਉਹਨੇ ਆਪਣਾ ਨਿਕਾਹ ਛੱਡਿਆ ਔਰ ਨਿਕਾਹ ਛੱਡ ਕੇ ਉਹਨਾਂ ਨੂੰ ਗਊਆਂ ਨੂੰ ਬਚਾਉਣ ਵਾਸਤੇ ਨੇ ਸ਼ਹੀਦ ਹੋ ਗਿਆ ਉਹਨੇ ਨਿਕਾਹ ਨਹੀਂ ਹੋਇਆ ਉਹਦਾ ਇਸ ਕਰਕੇ ਇਸ ਗੱਲਾਂ ਨੂੰ ਸਾਨੂੰ ਨਹੀਂ ਉਹ ਕਰਨਾ ਚਾਹੀਦਾ ਥਰੂ ਆਊਟ ਮੁਗਲ ਐਮਪਾਇਰ ਕਾਉ ਸਲੋਟਰ ਵਾਸ ਬੈਂਡ ਮੈਂ ਉਹੀ ਗੱਲ ਕਰਦਾ ਵੀ ਇਸ ਕਰਕੇ ਇਹਨਾਂ ਗੱਲਾਂ ਦਾ ਜੋ ਅਸੀਂ ਉਹ ਥੱਲੇ ਮਾਹੌਲ ਬਣਾਇਆ ਜਾ ਰਿਹਾ ਉਹ ਗਲਤ ਹੈ ਉਹ ਸਿਰਫ ਤੇ ਸਿਰਫ ਇੱਕ ਏਜੰਡਾ ਮਾਹੌਲ ਬਣਾਇਆ ਜਾ ਰਿਹਾ ਉਹਦੇ ਵਾਸਤੇ ਤੁਸੀਂ ਵੀ ਉਸ ਏਜੰਡੇ ਵਿੱਚ ਫਸੇ ਪਏ ਹੋ ਤੁਸੀਂ ਅਸੀਂ ਉਸ ਏਜੰਡੇ ਵਿੱਚ ਬਿਲਕੁਲ ਨਹੀਂ ਫਸੇ ਨਹੀਂ ਅਸੀਂ ਉਸ ਏਜੰਡੇ ਵਿੱਚ ਬਿਲਕੁਲ ਨਹੀਂ ਫਸੇ ਅਸੀਂ ਤਾਂ ਉਸ ਹਮੇਸ਼ਾ ਕਾਂਗਰਸ ਪਾਰਟੀ ਸੈਕੂਲਰ ਗੱਲ ਕਰਦੀ ਹੈ ਤੇ ਸੈਕੂਲਰ ਗੱਲ ਕਰਦੀ ਰਹੋ ਘੱਟ ਗਏ ਤੇ ਨੁਕਸਾਨ ਤੁਸੀਂ ਵੀ ਬਹੁਤ ਕੀਤਾ ਸਹੀ ਸਰ ਉੱਪਰ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਪਰ ਤੁਹਾਨੂੰ ਪਤਾ ਸੁਨਵਾਰੀ ਸਾਹਿਬ ਜੀ ਤੁਸੀਂ ਹਿੰਦੂਤਵ ਦੀ ਗੱਲ ਕਰਦੇ ਹੋ ਮਨੁੱਖਤਾ ਦੀ ਗੱਲ ਕਿਉਂ ਨਹੀਂ ਕਰਦੇ ਕੇਪੀ ਜੀ ਮਨੁੱਖਤਾ ਸਭ ਤੋਂ ਉੱਪਰ ਹੈ ਇਨਸਾਨੀਅਤ ਦੀ ਗੱਲ ਕਰੋ ਇਸ ਤੋਂ ਬੜਾ ਮਨੁੱਖਤਾ ਦੀ ਗੱਲ ਕੀ ਕਰੋਗੇ ਅਸੀਂ ਕਹਿੰਦੇ ਵਸੁੰਧੇ ਵਈ ਕੁਟੰਬਕਮ ਸਰ ਭਾਰਤ ਨਹੀਂ ਜੋ ਮੇਰੇ ਸਾਥੀ ਕਹਿੰਦੇ ਕਿ ਇੰਡੀਆ ਨਾ ਕਹੋ ਭਾਰਤ ਵਸੁੰਧੇ ਸਾਰਾ ਵਰਲਡ ਜੋ ਹੈ ਉਹ ਇੱਕ ਕੁਟੁੰਬ ਹੈ ਜਦੋਂ ਕੁਟੁੰਬ ਵਿੱਚ ਜੇ ਵੀ ਮਨੁੱਖਤਾ ਨਹੀਂ ਰਹੂਗੀ ਤਾਂ ਕਿਤੇ ਹੁਣ ਮੇਰੇ ਸਾਥੀ ਨੇ ਕਿਹਾ ਬੜਾ ਕਸੀਦੇ ਪੜ੍ਹੇ ਇਹਨਾਂ ਨੇ ਮੁਗਲ ਰਾਜ ਦੇ ਔਰ ਮੁਸਲਮਾਨਾਂ ਦੇ ਕਿ ਇਹ ਕਿੱਤਾ ਨਿਕਾਹ ਛੜਾ ਦਿੱਤਾ ਇਹ ਮੋਬ ਲਿੰਚਿੰਗ ਇਹ ਝੂਠਾ ਪ੍ਰਚਾਰ ਜਿਹੜਾ ਇਹ ਕਰ ਰਹੇ ਨੇ ਭਾਗਵਤ ਜੀ ਨੇ ਪਰਸੋਂ ਹੀ ਪੂਰਾ ਕਲੀਅਰ ਕਿਹਾ ਹੈ ਕਿ ਗਊ ਦੇ ਗਊ ਪਾਲਣਾ ਸਾਡਾ ਧਰਮ ਹੈ ਬਟ ਗਊ ਨੂੰ ਸੜਕ 'ਤੇ ਛੱਡਣਾ ਜਿਹੜਾ ਹੈ ਉਹ ਇੱਕ ਕ੍ਰਿਮੀਨਲ ਐਕਟ ਹੈ
ਉਹਨਾਂ ਨੇ ਕਿਹਾ ਹੈ ਇੱਥੇ ਤੁਹਾਡੇ ਸਟੇਟਮੈਂਟ ਵੀ ਸਹੀ ਗੱਲ ਨੂੰ ਸਹੀ ਕਹਿਣਾ ਜੇ ਕੋਈ ਮੁਗਲ ਰਾਜ ਸਹੀ ਗੱਲ ਸੀ ਉਹਨੂੰ ਗਲਤ ਹੈ ਗਲਤ ਹੈ ਸਹੀ ਹੈ ਤੁਸੀਂ ਤਾਂ ਨਹੀਂ ਨਹੀਂ ਅਸੀਂ ਕਿਸੇ ਦੇ ਨਹੀਂ ਬੜੇ ਸਾਰੀ ਗੱਲ ਨੂੰ ਸਹੀ ਕਹਿਣਾ ਗਲਤ ਹੈ ਮੈਂ ਕਹਿੰਦਾ ਦੇ ਪਿੱਛੇ ਮੈਂ ਮੁਸਲਮਾਨ ਹਾਂ ਜੇ ਤੁਸੀਂ ਬੋਲੋ ਟੂ ਨੇਸ਼ਨ ਥਿਊਰੀ ਆਈ ਤਾਂ ਵੀ ਖੜ ਜਾਓ ਮੁਸਲਮਾਨ ਨਾ ਕਹੇਗੇ ਉਹ ਜਦੋਂ ਉਹਨਾਂ ਨੇ ਉਹ ਹੀ ਮੰਨ ਲਿਆ ਕਿ ਅਸੀਂ ਇਹ ਸਾਡਾ ਦੇਸ਼ ਹੈ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਉਹਨਾਂ ਨੇ ਮੰਨ ਲਿਆ ਅਸੀਂ ਟੂ ਨੇਸ਼ਨ ਥਿਊਰੀ ਨਹੀਂ ਮੰਨੀ ਉਹਨਾਂ ਨੇ ਸਾਰੀ ਉਮਰ ਇੰਡੀਆ 'ਚ ਰਹੇ ਸਨਵਾਰੀਆ ਸਾਹਿਬ ਇੱਕ ਮਿੰਟ ਰੋਪੜ ਸਾਹਿਬ ਸਨਵਾਰੀਆ ਸਾਹਿਬ ਜੇ ਸਾਡੇ ਮੁਲਕ ਦੇ ਵਿੱਚ ਸਾਡੇ ਮੁਲਕ ਦੀ ਸੱਭਿਅਤਾ ਇਹੋ ਜਿਹੀ ਹੈਗੀ ਸਾਡੇ ਮੁਲਕ ਦਾ ਜਿਹੜਾ ਸਾਰਾ ਨਕਸ਼ਾ ਇਹੋ ਜਿਹਾ ਹੈਗਾ ਕਿ ਇੱਥੇ ਹਰ ਧਰਮ ਦਾ ਜਿਹੜਾ ਵਾਸੀ ਹੈਗਾ ਉਹ ਰਹਿ ਸਕਦਾ ਆਰਾਮ ਨਾਲ ਰਹਿ ਸਕਦਾ ਇਹ ਸੋਸ਼ਲ ਮੀਡੀਆ ਤੇ ਇੱਕ ਪ੍ਰਚਾਰ ਮੁਸਲਮਾਨਾਂ ਦੇ ਖਿਲਾਫ ਛੇੜਿਆ ਹੋਇਆ ਘੱਟ ਗਿਣਤੀਆਂ ਦੇ ਖਿਲਾਫ ਛੇੜਿਆ ਹੋਇਆ ਨਹਿਰੂ ਜੀ ਮੁਸਲਮਾਨ ਕਿੰਨੇ ਕਿਤਾਬਾਂ ਤੁਸੀਂ ਕੈਮਰੇ ਸਾਹਮਣੇ ਕੁਝ ਹੋਰ ਕਹਿੰਦੇ ਹੋ ਜਿਹੜਾ ਪ੍ਰਚਾਰ ਸੋਸ਼ਲ ਮੀਡੀਆ ਤੇ ਉਹਦੇ ਪਿੱਛੇ ਕੌਣ ਹੈ ਦੇਖੋ ਹੁਣ ਸਾਡਾ ਜੇ ਸੰਘ ਦੀ ਗੱਲ ਕਰੋ ਉਹ ਇੱਕ ਸੋਸ਼ੋ ਕਲਚਰਲ ਆਰਗੇਨਾਈਜੇਸ਼ਨ ਹੈ ਉਹਨਾਂ ਦਾ ਪੋਲੀਟੀਕਲ ਆਰਗੇਨਾਈਜੇਸ਼ਨ ਮੈਂ ਇਹ ਜਵਾਬ ਦੇ ਦਿਆਂਗਾ ਉਹ ਉਹਨਾਂ ਦਾ ਹੈਡ ਨੇ ਕਿਹਾ ਹੈ ਇੱਥੇ ਕਿ ਸਾਡਾ ਜਿਹੜਾ ਭਾਰਤ ਇੱਕ ਮਿੰਟ ਤੁਸੀਂ ਕਿੰਨੇ ਸਾਲ ਰਹੇ ਹੋ ਆਰਐਸਐਸ ਦੇ ਵਿੱਚ ਕਦੇ ਤੁਸੀਂ ਆਰਐਸਐਸ ਮੈਂ ਤਾਂ 60 ਸਾਲ ਹੋ ਗਏ ਮੈਨੂੰ 60 ਸਾਲ ਆਰਐਸਐਸ ਹੁਣ ਵੀ ਹੈਗੇ ਹੋ ਆਰਐਸਐਸ ਹੁਣ ਵੀ ਮੈਂਬਰ ਹੋ ਨਾ ਤੁਸੀਂ ਇੱਕ ਮਿੰਟ ਸਨਵਾਰੇ ਸਾਹਿਬ ਸਵਾਲ ਸੁਣ ਲਓ ਹੁਣ ਵੀ ਮੈਂਬਰ ਹੋ ਤੁਸੀਂ ਜੀ ਫਿਰ ਤੁਸੀਂ ਕਿਵੇਂ ਕਹਿ ਸਕਦੇ ਸੋਸ਼ਲ ਆਰਗੇਨਾਈਜੇਸ਼ਨ ਆ ਨਾ ਬਟ ਦੇਖੋ ਰਾਜਨੀਤੀ ਉਹਦੇ ਵਿੱਚੋਂ ਨਿਕਲਦੀ ਪਈ ਹੈ ਨਾ ਤੁਸੀਂ ਆਪ ਐਗਜ਼ਾਮਪਲ ਦੇ ਸਾਹਮਣੇ ਬੈਠੇ ਉਹਨਾਂ ਨੇ ਆਪ ਕਿਹਾ ਰਾਸ਼ਟਰਪਤੀ ਆਰਐਸਐਸ ਦੇ ਮੈਂਬਰ ਰਹੇ ਆ ਬਿਲਕੁਲ ਉਹਨਾਂ ਨੇ ਆਪ ਕਿਹਾ ਭਾਗੋ ਸਾਹਮਣੇ ਕਿਹਾ ਮੈਂ ਨਹੀਂ ਕਹਿ ਰਿਹਾ ਸਨਵਾਰੀਆ ਸਾਹਿਬ ਫਿਰ ਤੁਸੀਂ ਕਿਵੇਂ ਕਹਿੰਦੇ ਰਾਜਨੀਤੀ ਪਾਸੇ ਤੁਸੀਂ ਮੇਰੀ ਬਾਤ ਸੁਣੋ ਸੋਸ਼ਲ ਆਰਗੇਨਾਈਜੇਸ਼ਨ ਮੈਂ ਹੁਣੇ ਵੀ ਕਹਿੰਦਾ ਉੱਥੋਂ ਤੋਂ ਲੋਕ ਬੀਜੇਪੀ ਵਿੱਚ ਆਏ ਪਹਿਲੇ ਜਨਸੰਘ ਜਿੱਥੇ ਖਾਲਿਦ ਸਾਹਿਬ ਨੇ ਦੱਸਿਆ ਸੀ ਰਾਜਨੀਤਿਕ ਪਾਰਟੀਆਂ ਵੀ ਸੋਸ਼ਲ ਆਰਗੇਨਾਈਜੇਸ਼ਨ ਹੈ ਕਦੇ ਰਾਜਨੀਤਿਕ ਪਾਰਟੀਆਂ ਸੋਸ਼ਲ ਆਰਗੇਨਾਈਜੇਸ਼ਨ ਹੈ ਦੇਖੋ ਇਹ ਸੋਸ਼ਲ ਆਰਗੇਨਾਈਜੇਸ਼ਨ ਦੀ ਪੋਲਿਸੀ ਦਾ ਨਾ ਜਿਹੜੀ ਪੋਲੀਟੀਕਲ ਪਾਰਟੀ ਇਹਦੀ ਗੱਲ ਕਰੂਗੀ ਅਸੀਂ ਉਹਦੇ ਨਾਲ ਰਹਾਂਗੇ ਖਾਲੀ ਸਾਹਿਬ ਤੁਸੀਂ ਪ੍ਰੋਫੈਸਰ ਹੋ ਤੁਸੀਂ ਬੱਚਿਆਂ ਨੂੰ ਪੜਾਉਂਦੇ ਹੋ ਮੈਨੂੰ ਥੋੜਾ ਸਮਝਾ ਦਿਓ ਮੈਨੂੰ ਸਮਝ ਨਹੀਂ ਆ ਰਹੀ ਇੱਕ ਪਾਸੇ ਤੇ ਕਹਿੰਦੇ ਆ ਸੋਸ਼ਲ ਆਰਗੇਨਾਈਜੇਸ਼ਨ ਆ ਆਰਐਸਐਸ ਇੱਕ ਪਾਸੇ ਇਹ ਸਾਰੇ ਆਰਐਸਐਸ ਚੋਂ ਨਿਕਲਦੇ ਪਏ ਆ ਹੁਣ ਵੀ ਆਰਐਸਐਸ ਵਿੱਚ ਹੈਗੇ ਆ ਮੈਨੂੰ ਸਮਝ ਨਹੀਂ ਆ ਰਹੀ ਜਾਂ ਭਾਗਵਤ ਸਾਹਿਬ ਸਮਝਾ ਨਹੀਂ ਪਾ ਰਹੇ ਜਾਂ ਭਾਗਵਤ ਸਾਹਿਬ ਲੁਕੋ ਰਹੇ ਆ ਕੁਝ ਮੈਨੂੰ ਇਹ ਦੱਸੋ ਵੀ ਅਗਰ ਆਰਐਸਐਸ ਦਾ ਵਰਕਰ ਔਰ ਆਰਐਸਐਸ ਨੇ ਜਿਹੜੇ ਉਧਾਰ ਦਿੱਤੇ ਬੀਜੇਪੀ ਨੂੰ ਲੀਡਰ ਹੈ ਉਹਨਾਂ ਨੂੰ ਕੱਢ ਲਈਏ ਤਾਂ ਬੀਜੇਪੀ ਤਾਂ ਖਤਮ ਹੈ ਸਿੱਧੀ ਜੀ ਗੱਲ ਹੈ ਇਹਦਾ ਮਤਲਬ ਇਹ ਹੈਗਾ ਕਿ ਬੀਜੇਪੀ ਪੋਲੀਟੀਕਲ ਫੇਸ ਹੈ ਆਰਐਸਐਸ ਦਾ ਔਰ ਆਰਐਸਐਸ ਅਸੈਂਸ਼ਲੀ ਇੱਕ ਪੋਲੀਟੀਕਲ ਆਰਗੇਨਾਈਜੇਸ਼ਨ ਹੈ ਕਿਉਂਕਿ ਜਿਨ੍ਹਾਂ ਦਾ ਪੋਲੀਟੀਕਲ ਏਜੰਡਾ ਹੈਗਾ ਔਰ ਜਿਹੜਾ ਉਸ ਪੋਲੀਟੀਕਲ ਏਜੰਡੇ ਨੂੰ ਆਪਣੇ ਇੱਕ ਵਿੰਗ ਦੇ ਥਰੂ ਪ੍ਰਮੋਟ ਕਰਦੇ ਹਾਂ ਉਹਦੇ ਮੁਤਾਬਕ ਉਹਦੀ ਕੈਨੋਪੀ ਬਣਾ ਕੇ ਪੂਰੇ ਕੰਟਰੀ ਨੂੰ ਉਹਦੇ ਅੰਦਰ ਲੈਣਾ ਚਾਹੁੰਦੇ ਹਾਂ ਉਹਨੂੰ ਆਪਾਂ ਸੋਸ਼ਲ ਆਰਗੇਨਾਈਜੇਸ਼ਨ ਕਿਵੇਂ ਕਹਿ ਸਕਦੇ ਹਾਂ ਨੰਬਰ 1 ਨੰਬਰ 2 ਜਿਹੜੀ ਗੱਲ ਇਹ ਹੈਗੀ ਹੈ ਤੁਸੀਂ ਸਿਰਫ ਸੋਸ਼ਲ ਮੀਡੀਆ ਦੀ ਗੱਲ ਨਾ ਕਰੋ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਮੈਸੇਜਿਸ ਇਸ ਤਰ੍ਹਾਂ ਆਉਂਦੇ ਆ ਤੁਸੀਂ ਨੈੱਟ ਦੇ ਉੱਪਰ ਦੇਖੋ ਕਿਸ ਕਿਸ ਕਿਸਮ ਦਾ ਪ੍ਰਚਾਰ ਕੀਤਾ ਜਾ ਰਿਹਾ ਮੁਸਲਮਾਨਾਂ ਦੇ ਖਿਲਾਫ ਜਾਂ ਉਸ ਧਰਮ ਦੇ ਖਿਲਾਫ ਔਰ ਉਹ ਕੌਣ ਕਰ ਰਿਹਾ ਔਰ ਸਾਰਾ ਕੁਛ ਤੁਹਾਡੇ ਹੱਥ ਦੇ ਵਿੱਚ ਹੈ ਤੁਹਾਡੇ ਕੰਟਰੋਲ 'ਚ ਹੈ ਤੁਸੀਂ ਉਸ ਚੀਜ਼ ਨੂੰ ਉਹਦੇ ਉੱਪਰ ਨੱਥ ਕਿਉਂ ਨਹੀਂ ਪਾਉਂਦੇ ਇਹਦਾ ਮਤਲਬ ਹੈ ਤੁਹਾਡੀ ਟੇਸਿਟ ਅੰਡਰਸਟੈਂਡਿੰਗ ਹੈ ਤੁਸੀਂ ਉਹਨੂੰ ਚਾਹੁੰਦੇ ਹੋ ਪ੍ਰਮੋਟ ਕਰਨਾ ਕਿਉਂਕਿ ਉਹਦੇ ਨਾਲ ਜਿਹੜੀ ਇੱਕ ਪਰਟੀਕੁਲਰ ਵੋਟ ਹੈ ਉਹ ਕੰਸੋਲੀਡੇਟ ਹੋਊਗੀ ਤੁਹਾਡੇ ਖਿਲਾਫ ਤੁਹਾਡਾ ਅਗਰ ਇਹ ਹਿੰਦੁੱਤਵ ਦਾ ਏਜੰਡਾ ਸਾਰਾ ਕੁਛ ਤੁਹਾਡੀ ਆਈਡੀਓਲੋਜੀ 'ਚੋਂ ਕੱਢ ਲਵੇ ਪੋਲੀਟੀਕਲ ਆਈਡੀਓਲੋਜੀ 'ਚੋਂ ਕੱਢ ਲਵੇ ਕੋਈ ਤੁਹਾਨੂੰ ਕੱਲ੍ਹ ਨੂੰ ਵੋਟ ਨਹੀਂ ਪਾਏਗਾ ਉਹ ਇਸ ਕਰਕੇ ਇਹ ਮਜਬੂਰੀ ਹੈ ਇਹਨਾਂ ਦੀ ਕੇਪੀ ਜੀ ਇੱਕ ਮਿੰਟ ਮੈਨੂੰ ਦੇਣਾ ਇਹਨੂੰ ਮੇਰੇ ਸਾਥੀ ਨੇ ਇੱਕ ਬੜਾ ਸ਼ਬਦ ਬੋਲਿਆ ਮੈਂ ਉਹਨਾਂ ਨੂੰ ਖੈਰ ਕਮੈਂਟ ਨਹੀਂ ਕਰੂੰਗਾ ਉੱਥੋਂ ਤੋਂ ਉਧਾਰ ਲੈ ਕੇ ਬੀਜੇਪੀ ਆਈ ਮੈਂ ਇਹਨਾਂ ਦੇ ਤੁਸੀਂ ਕਿਹਾ ਕਿ ਪ੍ਰੋਫੈਸਰ ਨੇ ਪੋਲੀਟੀਕਲ ਸਟੂਡੈਂਟ ਨੂੰ ਕੀ ਪੜ੍ਹਾਓਗੇ ਉਧਾਰ ਕੀ ਹੁੰਦਾ ਹੈ ਔਰ ਸਾਡੇ ਸੰਘ ਵਿੱਚ ਕੋਈ ਮੈਂਬਰਸ਼ਿਪ ਦੀ ਰਜਿਸਟਰ ਨਹੀਂ ਹੁੰਦਾ ਆਈਡੀਓਲੋਜੀ ਨਾਲ ਜਿਹੜਾ ਜੋ ਧਵਜ ਨੂੰ ਆਰਐਸਐਸ ਦਾ ਕੋਈ ਮੈਂਬਰ ਰਜਿਸਟਰਡ ਨਹੀਂ ਹੁੰਦਾ ਨਾ ਰਜਿਸਟਰ ਨਹੀਂ ਹੁੰਦਾ ਉਹ ਧਵਜ ਨੂੰ ਜੋ ਸਲਾਮ ਕਰੂਗਾ ਜੋ ਪ੍ਰਣਾਮ ਕਰੂਗਾ ਉਹ ਉਧਰ ਦਾ ਕਿਹੜੇ ਧਵਜ ਨੂੰ ਭਗਵਾ ਨਾ ਭਗਵਾ ਦਵਨ ਫਿਰ ਮੈਂ ਫਿਰ ਕਹਿ ਰਿਹਾ ਭਗਵਾ ਦਵਨ ਦੇਸ਼ ਦੇ ਚੜ੍ਹ ਗਿਆ ਜੀ ਇੱਕ ਲੰਬੇ ਸਮੇਂ ਦੇਸ਼ ਦੇ ਝੰਡ ਨੂੰ ਕਿਹੜੇ ਸਲਾਮ ਕਰਦੇ ਤੁਸੀਂ ਕਰਦੇ ਹੋ ਅਸੀਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਨਹੀਂ ਨਹੀਂ ਇਹ ਤਾਂ ਜੰਦਿਆ ਨਾ ਕਰਮ ਹੈ ਭਗਵਾ ਦਵਨ ਤੋਂ ਹੀ ਆਇਆ ਬਿਲਕੁਲ 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 ਸਾਰੇ ਇੱਕ ਮਿੰਟ ਸਾਰੇ 1925 ਤੋਂ ਲੈ ਕੇ ਸੁਣੋ ਮੈਂ ਤੁਹਾਨੂੰ ਦੱਸਦਾ ਜਦੋਂ ਤਿਰੰਗਾ ਅਡਾਪਟ ਕੀਤਾ ਜਦੋਂ ਤਿਰੰਗਾ ਅਡਾਪਟ ਕੀਤਾ ਐਜ਼ ਨੈਸ਼ਨਲ ਫਲੈਗ ਇੱਕ ਲੰਬੇ ਸਮੇਂ ਤੱਕ
ਜਿਹੜਾ ਹੈਗਾ ਇਹਨੂੰ ਆਰਐਸਐਸ ਨੇ ਐਕਸੈਪਟ ਨਹੀਂ ਕੀਤਾ ਐਸ ਦੇ ਫਲੈਗ। ਨਹੀਂ ਦੂਸਰੀ ਚੀਜ਼, ਦੂਸਰੀ ਚੀਜ਼ ਇੱਕ ਮਿੰਟ, ਜਿਹੜਾ ਮੈਂ ਉਧਾਰ ਦੀ ਗੱਲ ਕੀਤੀ ਹੈ ਇਹ ਤਾਂ ਉਹ ਆਪ ਮੰਨਦੇ ਹੈ ਕਿ ਅਸੀਂ ਉਹ ਆਪ ਮੰਨਦੇ ਹੈ ਕਿ ਆਰਐਸਐਸ ਤੋਂ, ਆਰਐਸਐਸ ਤੋਂ ਡੈਪੂਟੇਸ਼ਨ ਤੇ ਆਏ ਹੋਏ ਹਾਂ ਜੀ ਅਸੀਂ। ਤੁਸੀਂ ਮੁਸਲਿਮ ਬ੍ਰਦਰਹੁੱਡ ਦੇ ਮੈਂਬਰ ਹੋ ਹਾਂਜੀ, ਤੁਸੀਂ ਮੁਸਲਿਮ ਬ੍ਰਦਰਹੁੱਡ ਦਾ ਮੈਂਬਰ ਕਿਤੇ ਹੋ? ਕੀ ਹੈ ਮੁਸਲਿਮ ਬ੍ਰਦਰਹੁੱਡ ਕੀ ਹੈ? ਦੱਸੋ ਕੀ ਹੈ? ਉਹ ਸਟੈਂਡ ਕਹਿੰਦੇ ਨੇ, ਦੱਸੋ ਸਟੈਂਡ ਕਹਿੰਦੇ ਨੇ ਕਿਤੇ ਇੰਡੀਆ ਦੀ ਪਹਿਲੀ ਵਾਰ ਸਰਕਾਰ ਬਣਾ ਕੇ ਆਮ ਆਦਮੀ ਨੂੰ ਇੰਡੀਆ ਚ ਇੰਡੀਆ ਚ ਹੈ ਜੋ ਤੁਸੀਂ ਕਹਿੰਦੇ ਹੋ ਆਰਐਸਐਸ ਦਾ ਇੰਡੀਆ ਚ ਹੈ। ਜਨਰਲ ਸੈਕਟਰੀ ਆਰਗੇਨਾਈਜੇਸ਼ਨ ਦਾ ਹੁੰਦਾ ਉਹ ਆਰਐਸਐਸ ਦਾ ਹੁੰਦਾ। ਤੀਜੀ ਗੱਲ ਜਿਹੜੀ ਇਹ ਕਹਿੰਦੇ ਕੋਈ ਮੈਂਬਰਸ਼ਿਪ ਨਹੀਂ ਹੁੰਦੀ, ਦੇਖੋ ਆਰਐਸਐਸ ਬਕਾਇਦਾ ਤੌਰ ਤੇ ਜਿੱਥੇ ਵੀ ਸ਼ਾਖਾ ਲਾਉਂਦੀ ਹੈ ਉਹ ਆਪਣਾ ਸਾਲ ਬਾਅਦ ਇੱਕ ਫੰਕਸ਼ਨ ਕਰਦੀ ਹੈ। ਮੇਰੀ ਗੱਲ ਤਾਂ ਪੂਰੀ ਹੋ ਲੈਣ ਦਿਓ, ਸਾਲ ਬਾਅਦ ਇੱਕ ਫੰਕਸ਼ਨ ਕਰਦੀ ਹੈ, ਉਹਦੇ ਵਿੱਚ ਉਹ ਬੰਦੇ ਨੂੰ ਕਹਿੰਦੇ ਤੂੰ ਆਪਣਾ ਐਡਰੈਸ ਦੇ, ਆਪਣੀ ਕੰਟਰੀਬਿਊਸ਼ਨ ਦੇ, ਰੁਪਈਆ ਦੇ, 98 ਦੇ, 2 ਰੁਪਏ ਦੇ, 10 ਰੁਪਏ ਦੇ, ਉਹਦੇ ਨਾਲ ਉਹ ਆਪਣੀ ਮੈਂਬਰਸ਼ਿਪ ਕਰਦੇ ਆ। ਸਾਲ ਬਾਅਦ ਉਸ ਤੋਂ ਇਹ ਚੰਦਾ ਲੈਂਦੇ ਆ ਹਰ ਇੱਕ ਬੰਦੇ ਤੋਂ ਜਿਹੜਾ ਇਹਨਾਂ ਦਾ ਸ਼ਾਖਾ 'ਚ ਜਾਂਦਾ, ਉਹਨੂੰ ਗੁਪਤ ਲਫਾਫੇ 'ਚ ਇਹ ਲੈਂਦੇ ਆ, ਗੁਪਤ ਲਫਾਫੇ 'ਚ ਪਾ ਕੇ ਵੀ ਦੇ ਜਾ। ਇਸ ਕਰਕੇ ਇਹ ਨਹੀਂ ਕਹਿ ਸਕਦੇ ਵੀ ਇਹ ਜਿਹੜੀ ਆਰਐਸਐਸ ਦੀ ਮੈਂਬਰਸ਼ਿਪ। ਵਿਕਰਮ ਜੀ, ਵਿਕਰਮ ਜੀ ਆ ਰਹੇ ਹਾਂ, ਸੁਣੋ ਜੀ ਵਿਕਰਮ ਜੀ, ਬਿਨਾਂ ਮੈਂਬਰਸ਼ਿਪ ਤੋਂ ਆਰਐਸਐਸ ਚੱਲਦੀ ਪਈ ਹੈ? ਦੇਖੋ ਜੀ, ਪਹਿਲਾਂ ਤਾਂ ਆਰਐਸਐਸ ਨੂੰ ਇਹ ਪੁੱਛਣਾ ਚਾਹੀਦਾ ਕਿ ਤੁਹਾਡੀ ਆਪਣੇ ਆਫਿਸ ਬੇਅਰਸ ਇਲੈਕਟ ਹੁੰਦੇ ਨੇ ਕਿ ਕੋਈ ਡੈਮੋਕ੍ਰੈਟਿਕ ਇਲੈਕਸ਼ਨ ਮੁਲਕ ਦੇ ਵਿੱਚ ਇਹਨਾਂ ਦੀ 58,967 ਸ਼ਾਖਾਵਾਂ ਦੀ ਲੀਡਰਸ਼ਿਪ ਜਿਹੜੀ 40 ਮੁਲਕਾਂ ਦੇ ਵਿੱਚ ਇਹਨਾਂ ਦੀ ਸ਼ਾਖਾਵਾਂ ਚੱਲਦੀ ਬਿਨਾਂ ਮੈਂਬਰਸ਼ਿਪ ਤੋਂ ਚੱਲਦੀ ਹੈ? ਡੈਮੋਕ੍ਰੈਟਿਕਲੀ ਇਲੈਕਟਡ ਇਹਨਾਂ ਦੀ ਲੀਡਰਸ਼ਿਪ ਹੈ, ਦੂਜੀ ਇਹਨਾਂ ਦੀ ਸੋਰਸ ਆਫ ਫੰਡਿੰਗ ਕੀ ਹੈ, ਤੀਜਾ ਇਹਨਾਂ ਨੂੰ ਆਹ ਪੁੱਛੋ ਕਿ ਅੱਜ ਤੱਕ ਤੁਹਾਡੇ ਜਿਹੜੇ ਹੈਡ ਹੈਡ ਰਹੇ ਨੇ ਉਹ ਸਾਰੇ ਵਨ ਕਾਇੰਡ ਆਫ ਚਿਤਪਾਵਨ ਬ੍ਰਾਹਮਣਸ ਨੇ ਫਰੋਮ ਮਹਾਰਾਸ਼ਟਰਾ, ਠੀਕ ਹੈ? ਆਰ ਦੇ ਰੈਡੀ ਟੂ ਐਕਸੈਪਟ ਦਲਿਤ ਐਜ਼ ਦੀ ਹੈਡ ਆਫ ਦਾ ਆਰਐਸਐਸ? ਸਵਾਰਕਰ ਜੀ, ਸਵਾਰਕਰ ਜੀ ਦੇ ਬੜੇ ਵੱਡੇ ਵੱਡੇ ਭਾਸ਼ਣ ਨੇ, ਸਵਾਰਕਰ ਬਿਨਾਂ ਦੇ ਬੜੇ ਵੱਡੇ ਆਈਡੀਓਲੋਗ ਰਹੇ ਨੇ ਵੀਰ ਸਵਾਰਕਰ, ਕਿ ਇੰਟਰਕਾਸਟ ਮੈਰਿਜ ਬਲਾ 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 ਬੜੇ ਇਹਨਾਂ ਨੇ ਭਾਸ਼ਣ ਦੂਜੀ ਦੁਨੀਆ ਆਮ ਆਦਮੀ ਨੂੰ ਦਿੱਤੀ। ਆਪ ਜਦ ਸਵਾਰਕਰ ਜੀ ਦੇ ਬੱਚਿਆਂ ਦੀ ਮੈਰਿਜ ਦੇ ਟਾਈਮ ਹੈ ਉਹ ਚਿਤਪਾਵਨ ਬ੍ਰਾਹਮਣਸ ਨਾਲ ਹੀ ਹੋਈ। ਸੋ ਇਹਨਾਂ ਦੀ ਜਿਹੜੀ ਹੈ ਨਾ, ਮੈਂ ਕਹਿੰਦਾ 4 ਸਾਲ ਇਹਨਾਂ ਨੇ 56 ਇੰਚ ਆਪਣੀ ਛਾਤੀ ਦਿਖਾਈ ਆ, ਹੁਣ ਇਲੈਕਸ਼ਨਾਂ ਕੋਲ ਆ ਰਹੀ ਹੈ, 96 ਇੰਚ ਲੰਬੀ ਇਹਨਾਂ ਦੀ ਜ਼ੁਬਾਨ ਬਣ ਗਈ ਹੈ ਮਿੱਠੀਆਂ ਗੱਲਾਂ ਨਾਲ, ਠੀਕ ਹੈ? ਆਰਐਸਐਸ ਦੀ ਜਿਹੜੀ ਆਈਡੀਓਲੋਜੀ ਹੈ ਉਹ ਇਹਨਾਂ ਨੇ, ਇਟ ਇਜ਼ ਨੋਟ ਓਨਲੀ ਪੋਲੀਟੀਕਲ ਅਪੁਆਇੰਟਮੈਂਟ। ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ 'ਤੇ ਜਿਹੜੇ ਵਾਈਸ ਚਾਂਸਲਰ ਅਪੁਆਇੰਟ ਹੋਏ ਨੇ, ਤੁਸੀਂ ਉਹਨਾਂ ਦਾ ਬੈਕਗਰਾਊਂਡ ਦੇਖ ਲਓ। ਇਹ ਚਲਾਕੀ ਇਹਨਾਂ ਦੀ ਪੂਰੀ ਹੁੰਦੀ ਹੈ, ਇਹ ਓਪਨਲੀ ਸ਼ੋਅ ਨਹੀਂ ਕਰਦੇ। ਇਹਨਾਂ ਦੀ ਅਪੁਆਇੰਟਮੈਂਟਸ ਇਨ ਬਿਊਰੋਕਰੇਸੀ, ਟੌਪ ਪੋਜੀਸ਼ਨਸ ਇਨ ਯੂਨੀਵਰਸਿਟੀਜ਼, ਗਵਰਨਰਸ ਤੱਕ ਦੀ ਅਪੁਆਇੰਟਮੈਂਟ ਆਰਐਸਐਸ ਦੀ ਇਨਫਲੂਐਂਸ ਦੇ ਅੰਡਰ ਚੱਲਦੀ ਹੈ, ਠੀਕ ਹੈ ਨਾ? ਔਰ ਇਹ ਡਿਨਾਈ ਕਰਦੇ ਨੇ, ਬਟ ਦੇ ਆਰ ਫੁੱਲੀ ਇਨਵੋਲਵਡ ਇਨ ਕਿ ਟੌਪ ਅਪੁਆਇੰਟਮੈਂਟਸ ਕੰਟਰੀ ਪੂਰੇ ਸਿਸਟਮ ਦੇ ਵਿੱਚ ਇਨਵੋਲਵਡ ਨੇ, ਠੀਕ ਹੈ? ਦੇ ਆਰ ਸੀਪਿੰਗ ਇਨਟੂ ਐਵਰੀਵੇਅਰ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਕੀ ਕੀਤਾ ਹੈ ਗਰਾਊਂਡ ਲੈਵਲ ਤੇ, ਕੀ ਕੀਤਾ ਹੈ ਇਹਨਾਂ ਨੇ ਗਰਾਊਂਡ ਲੈਵਲ ਤੇ, ਕੀ ਕੀਤਾ ਹੈ ਕਿ ਆਪਣੇ ਜਿਹੜੇ ਵਰਕਰਸ ਨੇ ਜਿਹੜੇ ਰਾਮਨਾਮੀ ਸੈਲੀਬ੍ਰੇਸ਼ਨ ਕਰਦੇ ਜਾ, ਇੱਕ ਹੱਥ ਵਿੱਚ ਤਿਰੰਗਾ, ਦੂਜੇ ਹੱਥ ਵਿੱਚ ਐਂਟੀ ਮੁਸਲਿਮ ਨੈਰੇਟਿਵ, ਤੀਜੇ ਹੱਥ ਵਿੱਚ ਤੀਜੀ ਗੱਲ ਐਂਟੀ ਪਾਕਿਸਤਾਨ ਨੈਰੇਟਿਵ, ਔਰ ਚੌਥਾ ਇਹਨੇ ਕਿਹਾ ਕਿ ਇਹ ਹੀ ਰਾਸ਼ਟਰਵਾਦ ਹੈ ਅੱਜ ਹਮਾਰਾ, ਦਿਸ ਇਜ਼ ਦੀ ਵੇ ਆਫ ਇੰਡੀਆਜ਼ ਨੈਸ਼ਨਲਿਜ਼ਮ, ਜੋ ਇਹਨਾਂ ਹਿੰਦੂਤਵ ਨੈਸ਼ਨਲਿਜ਼ਮ। ਸੋ ਚਾਰੋਂ ਗੱਲਾਂ ਨੂੰ ਮਿਲਾ ਕੇ ਇਹ ਇੱਕ ਹੇਟਰਡ ਦੀ ਕਮਿਊਨਲਿਜ਼ਮ ਪੋਲਰਾਈਜੇਸ਼ਨ ਦੀ ਨੈਰੇਟਿਵ ਔਟ ਦਾ ਗਰਾਊਂਡ ਲੈਵਲ। ਦਿੱਲੀ ਵਿਗਿਆਨ ਭਵਨ ਜਿੱਥੇ ਸਾਇੰਸ ਦਾ ਇਹਨਾਂ ਨੇ ਵਿਗਿਆਨ ਭਵਨ, ਉੱਥੇ ਇਹਨਾਂ ਦੀ ਭਾਸ਼ਾ ਕੁਛ ਹੋਰ ਹੈਗੀ ਆ। ਸੋ ਇਹ ਕਹਿੰਦੇ ਨਾ ਡਬਲ ਵਿਗਿਆਨਕ ਭਾਸ਼ਾ ਤਾਂ ਨਹੀਂ ਹੈਗੀ ਨਾ ਵਿਗਿਆਨ ਭਵਨ ਚ, ਵਿਗਿਆਨਕ ਭਾਸ਼ਾ ਨਹੀਂ ਹੈਗੀ, ਵਿਗਿਆਨ ਦੇ ਨਾਲ ਸਾਰਾ ਹੀ ਸੋਲਵ ਕਰ ਲਿਆ। ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਹਿੰਦੂ ਬਹੁ ਗਿਣਤੀ ਦੇ ਵਿੱਚ ਆ ਦੇਸ਼ ਦੇ ਵਿੱਚ, ਜਿਸ ਤਰੀਕੇ ਨਾਲ ਅੰਕੜੇ ਸਾਨੂੰ ਦਿੱਤੇ ਜਾਂਦੇ ਆ ਸਰਕਾਰੀ ਅੰਕੜੇ, ਪਰ ਹਜੇ ਵੀ ਹਿੰਦੂਆਂ ਦੀ ਗਿਣਤੀ ਘੱਟ ਹੈਗੀ। ਮੋਹਨ ਭਾਗਵਤ ਕਹਿ ਰਹੇ ਆ ਹਿੰਦੂਆਂ ਨੂੰ ਹੋਰ ਬੱਚੇ ਜੰਮਣੇ ਚਾਹੀਦੇ, ਇਹ ਅੱਜ ਦੇ ਨਹੀਂ ਕਹਿ ਰਹੇ, ਬਹੁਤ ਸਾਲਾਂ ਤੋਂ ਕਹਿ ਰਹੇ ਹੈ। ਸਮਝ ਨਹੀਂ ਆ ਰਹੀ ਇਹ ਗਿਣਤੀ ਵਧਾਉਣਾ ਕਿਉਂ ਚਾਹ ਰਹੇ ਆ, ਕਿਹੜੀ ਨੀਤੀ ਬਣਾਉਣਾ ਚਾਹ ਰਹੇ ਆ? ਜੇ ਪਹਿਲਾਂ ਹੀ ਇੱਥੇ ਆਬਾਦੀ ਜ਼ਿਆਦਾ, ਆਬਾਦੀ ਕੰਟਰੋਲ ਕਰਨ ਵਾਲੀ ਗੱਲ ਹੋ ਰਹੀ ਹੈ, ਉੱਥੇ ਕਹਿੰਦੇ ਬੱਚੇ ਹੋਰ ਪੈਦਾ ਕਰੋ। ਪਤਾ ਨਹੀਂ ਕਿਹੜੀ ਨੀਤੀ ਹੈ, ਸਾਨੂੰ ਨਹੀਂ ਸਮਝ ਆ ਰਹੀ। ਬ੍ਰੇਕ ਤੋਂ ਵਾਪਸ ਆ ਰਿਹਾ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੀ ਰਾਜਨੀਤੀ ਤਿਆਰ ਹੋ ਰਹੀ ਹੈ ਜਿੱਥੇ ਗਰੀਬੀ ਦਾ ਪਸਾਰਾ ਵੱਧਦਾ ਜਾਵੇਗਾ, ਆਰਥਿਕਤਾ ਦਾ ਅਸਾਵਾਂਪਨ ਆ ਜਿਹੜਾ ਸਾਨੂੰ ਨੋਚਦਾ ਜਾਵੇਗਾ। ਬ੍ਰੇਕ ਤੋਂ ਵਾਪਸ ਆ ਰਿਹਾ। ਦਿੱਲੀ 'ਚ ਸੰਘ ਮੁਖੀ ਮੋਹਨ ਭਾਗਵਤ ਦੇ ਬਿਆਨਾਂ ਦਾ ਭਵਿੱਖ ਕੀ ਹੈ? ਮੁਹੰਮਦ ਖਾਲੀ ਜੀ, ਜੀ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਹੋਣ ਦੇ ਨਾਤੇ ਤੁਹਾਨੂੰ ਇਕਨੋਮਿਕ ਕੰਡੀਸ਼ਨ ਵੀ ਸਾਡੀ ਪਤਾ, ਸਾਡੀ ਜੋਗ੍ਰਾਫੀ ਕੰਡੀਸ਼ਨ ਵੀ ਪਤਾ, ਕਿਉਂਕਿ ਰਾਜਨੀਤੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਹੁੰਦੀ ਹੈ, ਸਾਡੀ ਸੁਰੱਖਿਆ ਨੀਤੀ ਕੀ ਹੈ। ਸਵਾਲ ਇਹ ਹੈਗਾ, ਜਦੋਂ ਆਰਐਸਐਸ ਦੇ ਮੁਖੀ ਇਹ ਗੱਲ ਕਹਿ ਕਿ ਹੋਰ ਬੱਚੇ ਪੈਦਾ ਕਰਨ ਹਿੰਦੂ, ਇਹਦਾ ਮਤਲਬ ਹੈ ਕੀ ਹੈ? ਦੇਖੋ, ਗੱਲ ਇਹ ਹੈਗੀ ਹੈ ਕਿ ਕੋਈ ਵੀ ਵਿਅਕਤੀ ਅਗਰ ਕੌਨਸ਼ੀਅਸਲੀ ਇਸ ਚੀਜ਼ ਨੂੰ ਪ੍ਰੋਪੀਗੇਟ ਕਰਦਾ, ਕੋਈ ਵੀ ਮੋਹਨ ਭਾਗਵਤ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਇੰਡੀਵਿਜੁਅਲ
ਰਿਲੀਜੀਅਸ ਲੀਡਰਸ ਹੋਣ ਕਿਸੇ ਵੀ ਡਿਨੋਮੀਨੇਸ਼ਨ ਦੇ, ਅਗਰ ਇਸ ਚੀਜ਼ ਨੂੰ ਇੱਕ ਕੌਨਸ਼ੀਅਸ ਪੋਲਿਸੀ ਬਣਾ ਕੇ ਚੱਲਦੇ ਹਾਂ ਇਹ ਦੇਸ਼ ਵਾਸਤੇ ਗਲਤ ਹੈ, ਸਾਡੇ ਸਮਾਜ ਵਾਸਤੇ ਵੀ ਗਲਤ ਹੈ। ਇਸ ਚੀਜ਼ ਨੂੰ ਆਪਾਂ ਸਾਰਿਆਂ ਨੂੰ ਕਹਿੰਦਾ, ਕਿਉਂਕਿ ਪਾਪੂਲੇਸ਼ਨ ਜਿਹੜੀ ਹੈਗੀ ਹੈ ਆਉਂਦੇ 200 ਸਾਲ ਤੱਕ ਮੈਕਸੀਮਮ ਇਹ ਧਰਤੀ ਇਸ ਪਾਪੂਲੇਸ਼ਨ ਦਾ ਬੋਝ ਬਰਦਾਸ਼ਤ ਕਰ ਸਕਦੀ ਹੈ ਜਿਸ ਤਰੀਕੇ ਦੇ ਨਾਲ ਇਹ ਵੱਧ ਰਹੀ ਹੈ। ਅਗਰ ਸਾਡੇ ਰਿਸੋਰਸਿਸ ਘੱਟਦੇ ਹੈ, ਅਗਰ ਸਾਡੀਆਂ ਪ੍ਰੋਬਲਮਸ ਆਉਂਦੀਆਂ, ਪ੍ਰੋਬਲਮ ਸਾਡੀਆਂ ਕਾਮਨ ਹੋਣਗੀਆਂ, ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਸਿੱਖ ਹੋਵੇ, ਵੀ ਕੈਨ ਨੋਟ ਵਿਸ਼ ਅਵੇ ਕਿਸੇ ਵੀ ਕਮਿਊਨਿਟੀ ਨੂੰ, ਆਪਾਂ ਵਿਸ਼ ਅਵੇ ਨਹੀਂ ਕਰ ਸਕਦੇ, ਸਾਡਾ ਭਵਿੱਖ ਕੱਟਾ ਹੈ। ਇਸ ਚੀਜ਼ ਦੀ ਜਦ ਤੱਕ ਸਮਝ ਨਹੀਂ ਹੈ ਉਸ ਵੇਲੇ ਤੱਕ ਇਸ ਤਰ੍ਹਾਂ ਦੇ ਪ੍ਰੋਪੇਗੰਡੇ ਹੁੰਦੇ ਰਹਿਣ। ਸਨਾਰੀਓ ਸਾਹਿਬ, ਇਹ ਕਿਹੜੀ ਰਾਸ਼ਟਰਨੀਤੀ ਹੈ ਬੱਚੇ ਹੋਰ ਜੰਮੋ ਰਾਹੁਲ ਜੈ ਭਾਗਵਤ ਜੀ ਨੇ ਜੋ ਕਿਹਾ ਕਿ ਬੱਚੇ ਜ਼ਿਆਦਾ ਪੈਦਾ, ਜਿਹੜੀ ਕਮਿਊਨਿਟੀ ਅਫੋਰਡ ਕਰ ਸਕਦੀ ਨੇ, ਮੈਂ ਹੁਣ ਇਹ ਲੱਗੇਗਾ ਕਿ ਮੈਂ ਹੁਣ ਮੁਸਲਿਮ ਨੂੰ ਕੰਟਰੈਕਟ ਕਰ ਰਿਹਾ ਜਾਂ ਕ੍ਰਿਟੀਸਾਈਜ਼ ਕਰ ਰਿਹਾ। ਜਿੰਨੀ ਪਾਪੂਲੇਸ਼ਨ ਤੁਸੀਂ ਸੈਂਸਸ ਦੇਖੋ ਕਿ ਕਿੰਨੀ ਗਰੋਥ ਕਿਸ ਕਿਸ ਕਮਿਊਨਿਟੀ ਦੀ ਬੜੀ ਹੋਈ ਹੈ, ਜੇ ਪ੍ਰੋਗਰੈਸ ਕਰਨ ਵਾਸਤੇ ਜੇ ਬੱਚੇ ਪੈਦਾ ਕਰਨ ਨੇ, ਮੋਹਨ ਜੀ ਨੇ ਕਿਹਾ, ਤਾਂ ਕੰਮ ਕਰਨ ਵਾਲੇ ਹੱਥ ਵੀ ਜਿਹੜੇ ਅਫੋਰਡ ਕਰ ਸਕਦਾ ਹੈ, ਤੁਸੀਂ ਔਰ ਮੈਂ ਅਫੋਰਡ ਕਰ ਸਕਦਾ, ਔਰ ਇੱਕ ਬੱਚਾ ਵੀ ਪੈਦਾ ਨਹੀਂ ਕਰ ਰਿਹਾ। ਬਟ ਜਿਹੜੇ ਲੋਕ ਇਹਨਾਂ ਨੂੰ, ਤੁਸੀਂ ਇੱਕ ਛੋਟੇ ਨੈਰੋ ਪਰਸਪੈਕਟਿਵ ਮਤ ਲੀਜੀਏ। ਮੈਂ ਸਵਾਲ ਹੋਰ ਕਰੂੰਗਾ, ਮੈਂ ਸਵਾਲ ਹੋਰ ਕਰੂੰਗਾ, ਇਹ ਸਵਾਲ ਤੁਹਾਨੂੰ ਚੁਬੂਗਾ ਬਹੁਤ। ਨਹੀਂ ਕੋਈ ਬਾਤ ਨਹੀਂ, ਚੁਬੂਗਾ ਬਹੁਤ ਚੁਬੂਗਾ, ਆਪਾਂ ਚੁਬਣ ਨੂੰ ਤਿਆਰ। ਤੁਸੀਂ ਆਪਦੇ ਲੀਡਰਾਂ ਨੂੰ, ਆਪਦੇ ਆਗੂਆਂ ਨੂੰ, ਆਪਦੇ ਮੈਂਬਰਾਂ ਨੂੰ ਸਮਝਾਉਂਦੇ ਹੋ ਤੁਸੀਂ ਵਿਆਹ ਨਹੀਂ ਕਰਾਉਣਾ ਗਾ, ਦੂਜਿਆਂ ਨੂੰ ਕਹਿੰਦੇ ਬੱਚੇ ਪੈਦਾ ਕਰੋ। ਨਾ ਅਸੀਂ ਨਹੀਂ ਸਿਖਾਉਂਦੇ, ਇਹ ਸੈਲਫ ਰਿਅਲਾਈਜ਼ੇਸ਼ਨ ਕਿ ਮੈਂ ਵਿਆਹ ਨਹੀਂ ਕਰਾਉਣਾ, ਸ਼ਾਇਦ ਉਹਨੂੰ ਕੋਈ ਜ਼ਿੰਮੇਵਾਰੀ ਦੇਸ਼ ਦੀ ਲੈਣੀ ਹੋਈ, ਕਿਉਂ ਅਫੋਰਡ ਨਹੀਂ ਕਰ ਅਫੋਰਡ ਨਹੀਂ ਕਰ ਸਕਦੇ। ਇਹ ਤਾਂ ਦੇਖੋ ਆਪਣੀ, ਮੈਨੂੰ ਸਮਝ ਨਹੀਂ ਆ ਰਹੀ, ਇਹ ਕੰਟਰਾਡਿਕਟਰੀ ਹੈ। ਨਹੀਂ ਨਹੀਂ ਕੰਟਰਾਡਿਕਟਰੀ ਨਹੀਂ ਹੈ ਸਾਹਿਬ ਜੀ, ਹੁਣ ਉਹੀ ਬਾਤ ਹੈ ਕਿ ਤੁਸੀਂ ਮੰਦਿਰ ਕਿਉਂ ਜਾਂਦੇ ਹੋ, ਮਸਜਿਦ ਕਿਉਂ ਜਾਂਦੇ ਹੋ। ਵਿਕਰਮ ਜੀ ਵੈਸੇ ਸਵਾਲ ਮੈਂ ਪੁੱਛਣਾ ਨਹੀਂ ਚਾਹੁੰਦਾ ਸੀਗਾ, ਮਾਫ ਕਰਨਾ, ਮੈਂ ਸਵਾਲ ਪੁੱਛ ਰਿਹਾ। ਨਹੀਂ ਪੁੱਛੋ, ਪਰ ਇਹ ਸਵਾਲ ਕਿਉਂ ਆ ਰਿਹਾ ਮੇਰੇ ਜਹਿਨ ਦੇ ਵਿੱਚ? ਇਹ ਸਵਾਲ ਆ ਰਿਹਾ ਨਾ, ਮਤਲਬ ਲੋਕਾਂ ਦੇ ਵਿੱਚੋਂ ਆ ਰਿਹਾ ਸਵਾਲ, ਕਿਉਂ ਆ ਰਿਹਾ? ਦੇਖੋ ਜੀ, ਪਾਪੂਲੇਸ਼ਨ ਦਾ ਜਿਹੜਾ ਸਵਾਲ ਹੈ ਕਿ ਇੱਕ ਸਾਈਡ ਤੁਸੀਂ ਬੈਚਲਰਹੁੱਡ ਪ੍ਰਮੋਟ ਕਰਦੇ, ਦੂਜੀ ਸਾਈਡ ਯੂ ਵਾਂਟ ਕਿ ਲੋਕ ਪੀਪਲ ਸ਼ੁੱਡ ਪ੍ਰੋਡਿਊਸ ਮੋਰ ਚਿਲਡਰਨ, ਇਹਨਾਂ ਦੀ ਇਹ ਸਟੈਂਡਰਡ ਟੈਕਟਿਕਸ ਹੈਗੀਆਂ। ਡੁਪਲੀਸਿਟੀ, ਆਪਣੇ ਲਈ ਇੱਕ ਆਪਣੇ ਸੈਟ ਆਫ ਰੂਲਸ, ਦੂਜਿਆਂ ਨੇ ਦੂਜੇ ਸੈਟ ਆਫ ਰੂਲਸ, ਇਹ ਪੁਰਾਣਾ ਇਤਿਹਾਸ ਹੈ ਇਹਨਾਂ ਦਾ। ਬਟ ਆਈ ਥਿੰਕ ਇਹ ਦੀਜ਼ ਆਰ ਸਮਾਲ ਪਾਰਟਸ ਆਫ ਦੀ ਹੋਲ ਥਿੰਗ। ਅਸੀਂ ਅਸੈਂਸ਼ਲੀ, ਸਾਨੂੰ ਇਹ ਸਮਝਣਾ ਹੈ ਕਿ ਇੰਡੀਆ ਵਿੱਚ ਜਿਹੜੀ ਇਲੈਕਸ਼ਨ ਆ ਰਹੀ ਹੈ, ਅਗਲੀ ਇਲੈਕਸ਼ਨ ਦਾ ਕੀ ਰਿਜ਼ਲਟ ਕੀ ਹੋਣਾ, ਇਟ ਇਜ਼ ਨੋਟ ਅ ਨੋਰਮਲ ਇਲੈਕਸ਼ਨ। ਇਹ ਇੰਡੀਆ ਦਾ ਫਿਊਚਰ ਕੀ ਹੋਣਾ, ਕਿ ਇੰਡੀਆ ਦੀ ਕੋਨਸਟੀਟਿਊਸ਼ਨ ਰਹੇਗੀ ਕਿ ਨਹੀਂ ਰਹੇਗੀ। ਤੁਸੀਂ ਆਹ ਦੇਖੋ ਕਿ ਇਹਨਾਂ ਨੇ ਇਹ 4 ਸਾਲ ਇਹ ਤਾਂ ਪਤਾ ਲੱਗ ਗਿਆ ਕਿ ਕੋਨਸਟੀਟਿਊਸ਼ਨ ਨੂੰ ਤੁਸੀਂ ਰੀਰਾਈਟ ਨਹੀਂ ਕਰ ਸਕਦੇ। ਜੰਮੂ ਕਸ਼ਮੀਰ ਚ ਵੀ ਰਹੇ ਹੋ, ਇਹਨਾਂ ਨੇ ਧਾਰਾ 370 ਬਾਰੇ ਵੀ ਬੋਲਿਆ, 35 ਬਾਰੇ ਬੋਲਿਆ, ਹਜੇ ਇਹ ਕਹਿੰਦੇ ਆ ਕਿ ਅਸੀਂ ਰਾਜਨੀਤੀ ਚ ਧਿਆਨ ਨਹੀਂ ਦਿੰਦੇ। ਇਹ ਰਾਜਨੀਤੀ ਨਹੀਂ, ਇਹਨਾਂ ਦੇ ਸਾਰੇ ਕਮੈਂਟਸ ਹੀ ਪੋਲੀਟੀਕਲ ਨੇ। ਹਾਊ ਆਰ ਦੇ ਸੋਸ਼ੋ ਕਲਚਰ, ਇਹਨਾਂ ਦੇ ਸਾਰੇ ਕਮੈਂਟਸ ਹੀ ਪੋਲੀਟੀਕਲ ਹੈਗੇ ਨੇ। ਇਹਨਾਂ ਨੇ ਕਨਸਟੀਟਿਊਸ਼ਨ ਤੇ ਕਮੈਂਟ ਕੀਤਾ, ਇਹਨਾਂ ਨੇ 35A ਤੇ ਕਮੈਂਟ ਕੀਤਾ, 370 ਤੇ ਕਮੈਂਟ ਕਰਦੇ ਨੇ। ਇਹਨਾਂ ਦੇ ਬੰਦੇ ਹੈਗੇ ਨੇ ਜੋ PILs ਵੀ ਫਾਈਲ ਕਰਦੇ ਨੇ ਸੁਪਰੀਮ ਕੋਰਟ ਵਿੱਚ, ਇਹ ਰਿਜ਼ਰਵੇਸ਼ਨ ਤੇ ਵੀ ਕਮੈਂਟ ਕਰਦੇ ਨੇ। ਬਿਹਾਰ ਦੇ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਸੀ ਭਾਗਵਤ ਜੀ, ਕਹਿੰਦੇ ਸੀ ਰਿਜ਼ਰਵੇਸ਼ਨ ਖਤਮ ਕਰ ਦਿਓ, ਹੁਣ ਕਹਿੰਦੇ ਨੇ ਆਈ ਐਮ ਫੋਰ ਰਿਜ਼ਰਵੇਸ਼ਨ ਫੋਰ 500-600 ਈਅਰਸ। ਇਹ ਗਲਤ ਬਿਆਨ ਨਹੀਂ ਕੀਤੀ ਸੀ, ਮੈਂ ਫਿਰ ਰਿਕੁਐਸਟ ਕਰ ਰਿਹਾ, ਭਾਗਵਤ ਜੀ ਨੇ ਕਿਹਾ ਸੀ ਰਿਜ਼ਰਵੇਸ਼ਨ ਜਿਹੜੀ ਹੈ ਇਕਨੋਮਿਕਲ ਬੇਸਿਸ ਤੇ ਲੈ ਕੇ ਆਓ। ਇਹ ਜਿਹੜੀ ਗਲਤ ਗੱਲ ਮੈਂ ਦੇਖ ਰਿਹਾ ਹਾਂ ਕਿ ਇੱਕ ਉਹ ਜਿਹੜਾ ਨੀਚੇ ਗਿਰਿਆ ਹੋਇਆ ਆਦਮੀ ਹੈ, ਉਹਨੂੰ ਉੱਪਰ ਉਠਾਉਣ ਵਾਸਤੇ ਜੇ 100 ਸਾਲ ਵੀ ਲੱਗੇ, ਤਾਂ RSS ਜੋ ਉਹਨੂੰ ਸਪੋਰਟ ਕਰੂਗਾ, ਉਹ ਸਾਰੇ ਪੋਲੀਟੀਕਲ ਬਿਆਨ ਕਰਕੇ RSS ਦੀ ਸ਼ਾਖਾ ਲਾਵੇ। ਨਹੀਂ ਦੇਖੀ ਨਾ, ਸ਼ਾਖਾ ਦੀ ਕੋਈ ਲੋੜ ਨਹੀਂ ਹੈ ਸਾਹਿਬ ਜੀ, ਅਸੀਂ ਕਿਹਾ ਕਿ ਜਿਹੜੇ ਲੋਕ ਸ਼ਾਖਾ ਵਿੱਚ ਨਹੀਂ ਗਏ ਉਹਨਾਂ ਨੂੰ ਵੀ ਇਨਵੀਟੇਸ਼ਨ ਭੇਜਿਆ ਸੀ, ਆ ਕੇ ਦੇਖੋ ਤੁਸੀਂ। ਹੁਣ ਦੇਖੀਏ, ਇਹ ਚੀਜ਼ਾਂ ਸਾਰੀ ਗਲਤ ਬਿਆਨ ਨਹੀਂ ਕਰਕੇ, ਹੁਣ ਤਾਂ ਪ੍ਰੋਪੇਗੰਡਾ ਸਾਰਾ ਗਲਤ ਬਿਆਨ। ਜਦ ਭਾਗਵਤ ਜੀ ਨੇ ਸਾਰੀ ਚੀਜ਼ ਦੱਸਦੇ ਸੀ, ਰੋਪੜ ਪ੍ਰੋਪੇਗੰਡਾ ਤੁਸੀਂ ਕਰ ਰਹੇ ਹੋ, ਦੇਖੋ ਗੱਲ ਉਹ ਤਾਂ ਸਹੀ ਹੈ। ਨਹੀਂ ਨਹੀਂ, ਇਹ ਤਾਂ ਪ੍ਰੋਪੋਗੰਡਾ ਅਸੀਂ ਕੀ ਕਰ ਰਹੇ ਹਾਂ, ਅਸੀਂ ਤਾਂ ਪ੍ਰੋਪੋਗੰਡਾ ਕਰਦੇ ਨਹੀਂ, ਅਸੀਂ ਤਾਂ ਜੋ ਸੱਚ ਨੂੰ ਸੱਚ ਕਹਿੰਦੇ ਆ। ਜੇ ਅਸੀਂ ਇੱਕ ਗੱਲ ਸੱਚ ਕਹਿ ਦਈਏ ਤਾਂ ਉਹਨੂੰ ਵੀ ਕ੍ਰਿਟੀਸਾਈਜ਼ ਕਰਦੇ ਆ, ਕਹਿੰਦੇ ਤੁਸੀਂ ਮੁਗਲਾਂ ਦੇ ਰਾਜ ਨੂੰ ਉਹ ਕਰਦੇ ਆ, ਬੜਾਈ ਕੀਤੀ ਸੀ ਪਾਰਸਲ ਐਸ ਹਿਸਟਰੀ ਦਾ, ਬੜਾਈ ਕੀਤੀ ਹੈ ਇੰਪੋਰਟੈਂਟ ਕਾਂਗਰਸ ਦਾ ਚੰਗਾ, ਉਹਨੂੰ ਸਾਨੂੰ ਮੰਨਣਾ ਪਊਗਾ। ਦੇਖੋ ਇਹ ਸਾਨੂੰ ਬੰਦ ਕਨਵਰਸ਼ਨ ਕਰਦੇ ਇੱਥੇ ਹੁੰਦੇ ਰਹੀ ਹੈ, ਕਿਸੇ ਟਾਈਮ ਇਸ ਖਿੱਤੇ 'ਚ ਜਿੱਥੇ ਅਸੀਂ ਬੈਠੇ ਆ
ਬਹੁਤ ਬੋਧੀ ਵੀ ਰਹੇ ਨੇ ਕਿਸੇ ਟਾਈਮ ਇਸ ਖਿੱਤੇ ਦੇ ਵਿੱਚ ਮੁਸਲਿਮਸ ਦਾ ਵੀ ਰਿਹਾ ਹੁਣ ਇਹ ਸਿੱਖੀ ਹੁੰਦਾ ਇਹ ਕੋਈ ਗੱਲ ਨਹੀਂ ਇਹ ਸਮੇਂ ਸਮੇਂ ਦੇ ਉੱਤੇ ਠੀਕ ਹੁੰਦਾ ਇਹ ਬਣਾ ਰਹੇ ਨੇ ਜਿਹਦੇ ਮਟਾ ਰਹੇ ਅਸੀਂ ਗੱਲਾਂ ਕਰ ਰਹੇ ਸਾਰੇ ਤੁਸੀਂ ਕਿਉਂ ਕਹਿ ਰਹੇ ਇੱਕ ਮਿੰਟ ਮੌਕਾ ਕੋਈ ਮੈਂ ਤੁਹਾਨੂੰ ਮੁਸਲਿਮ ਰੂਲਰ ਗਊ ਦੀ ਉਹ ਕਰਦਾ ਰਿਹਾ ਅਸੀਂ ਕਹਿੰਦੇ ਫਿਰ ਮੁਸਲਮਾਨਾਂ ਦੀ ਮੌਬ ਲਿੰਚਿੰਗ ਕਿਉਂ ਹੁੰਦੀ ਹੈ ਠੀਕ ਹੈ ਇੱਕ ਮਿੰਟ ਮੇਰੇ ਕੋਲ ਵਕਤ ਘੱਟ ਹੈ ਸਾਰੇ ਸਮੇਂ ਇੱਕ ਸਵਾਲ ਦਾ ਜਵਾਬ ਦੇ ਦਿਓ ਰਾਮ ਮੰਦਿਰ ਬਣਾਉਣ ਦਾ ਏਜੰਡਾ ਭਾਰਤੀ ਜਨਤਾ ਪਾਰਟੀ ਦਾ ਆਰਐਸਐਸ ਦਾ ਕਿੰਦਾ ਇਹ ਹਿੰਦੂ ਕਾ ਪੂਰੇ ਰਾਸ਼ਟਰ ਕਾ ਇਹ ਮੁੱਦਾ ਹੈ ਇਹ ਰਾਸ਼ਟਰ ਦਾ ਮੁੱਦਾ ਨਹੀਂ ਜਿਹੜਾ ਨਹੀਂ ਇਹ ਰਾਸ਼ਟਰ ਦਾ ਮੁੱਦਾ ਬਿਲਕੁਲ ਨਹੀਂ ਹੈ ਜੋ ਹੈ ਨਾ ਹਮਾਰੇ ਇਹ ਕੁਝ ਲੋਕਾਂ ਦਾ ਮੁੱਦਾ ਹੈ ਇਮਾਮ ਹਿੰਦ ਥੇ ਰਾਸ਼ਟਰ ਦਾ ਮੁੱਦਾ ਹੈ ਵੋਟਾਂ ਲੈਣ ਦਾ ਮੁੱਦਾ ਇਹ ਵੋਟਾਂ ਲੈਣ ਦਾ ਮੁੱਦਾ ਜਦੋਂ ਵੋਟਾਂ ਆਉਂਦੀਆਂ ਉਹ ਰਾਮ ਮੰਦਿਰ ਨੂੰ ਦੇਖੋ ਯਾਦ ਆਉਂਦਾ ਜਦੋਂ ਆ ਹੋਵੇ ਇਹ ਰਾਸ਼ਟਰ ਦਾ ਮੁੱਦਾ ਹੈ ਇਹ ਲੋਕ ਕਿਸੇ ਮੈਂ ਨਹੀਂ ਜਦੋਂ ਇਹ ਰਾਮ ਮੰਦਿਰ ਨੂੰ ਤੁਸੀਂ ਜੇੜ ਕੇ ਦਾ ਚਾਰਜ ਕਿਉਂ ਲਾਇਆ ਬਣੂਗਾ ਪੱਕਾ ਬਣੇਗਾ ਕੇਪੀ ਜੀ ਗੱਲ ਹੈਗੀ ਹੈ ਕਿ ਤੁਸੀਂ ਮੁਗਲ ਜਿਹੜੀ ਦੌਰ ਸੀਗਾ ਉਹਨੂੰ ਤਾਂ ਹਿਸਟਰੀ 'ਚੋਂ ਮਨਫੀ ਕਰਨਾ ਚਾਹੁੰਦੇ ਹੋ ਪਰ 15 ਅਗਸਤ ਨੂੰ ਝੰਡਾ ਜਿਹੜਾ ਹੈਗਾ ਮੁਗਲਾਂ ਦੇ ਲਾਲ ਕਿਲ੍ਹੇ ਤੋਂ ਹੀ ਲਹਿਰਾਉਣਾ ਹੈ ਦੇਖੋ ਕਿੰਨੀ ਜ਼ਿਆਦਾ ਮਤਲਬ ਇਹਦੇ ਵਿੱਚ ਕਿੰਨੀ ਜ਼ਿਆਦਾ ਲਾਲ ਕਿਲ੍ਹਾ ਵਿਕਰਮਜੀਤ ਮੀਡੀਆ ਨੂੰ ਵੀ ਆਤਮ ਚਿੰਤਕ ਕਰਨ ਦੀ ਜ਼ਰੂਰਤ ਹੈਗੀ ਆ ਅਸੀਂ ਉਹਨਾਂ ਵਿੱਚ ਆਉਂਦੇ ਹਾਂ ਸਵਾਲ ਇਹ ਹੈਗਾ ਕਿ ਸਾਨੂੰ ਵਿਕਾਸ ਦੇ ਮੁੱਦੇ ਛੱਡ ਕੇ ਧਰਮ ਦੇ ਮੁੱਦੇ ਚੱਕਣੇ ਪੈ ਰਹੇ ਆ ਉਹਨਾਂ 'ਤੇ ਗੱਲ ਕਰਨੀ ਪੈ ਰਹੀ ਹੈ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਚੀਜ਼ ਕਿੰਨੇ ਬਣਾਈ ਸੀ ਕਿੰਨੇ ਬਣਾਈ ਸੀ ਜਿਹੜੀ ਹਿਸਟਰੀ ਹੈਗੀ ਆ ਉਸ ਨੂੰ ਅਸੀਂ ਬਦਲਣਾ ਚਾਹ ਰਹੇ ਹਾਂ ਸੰਵਿਧਾਨ 'ਤੇ ਅਸੀਂ ਸਵਾਲ ਚੁੱਕ ਰਹੇ ਹਾਂ ਅਸੀਂ ਕਰ ਕੀ ਰਹੇ ਹਾਂ ਸਾਡਾ ਦੇਸ਼ ਜਾ ਕੇ ਤੁਰ ਰਿਹਾ ਅਸੀਂ ਵਿਕਾਸ ਦੇ ਏਜੰਡੇ 'ਤੇ ਗੱਲ ਕਰਦੇ ਹਾਂ ਉਸ ਤੋਂ ਬਾਅਦ ਜਦੋਂ ਚੋਣਾਂ ਹੁੰਦੀਆਂ ਫਿਰ ਅਸੀਂ ਧਰਮ ਦੇ ਏਜੰਡੇ 'ਤੇ ਸਾਰਿਆਂ ਨੂੰ ਫਿਰ ਵੰਡ ਦਿੰਦੇ ਹਾਂ ਨਹੀਂ ਮੈਂ ਇਹ ਗੱਲ ਕਹਿ ਰਿਹਾ ਕਿ ਅਗਲੀ ਇਲੈਕਸ਼ਨ ਵਿਲ ਡਿਟਰਮਾਈਨ ਨਾਟ ਕਿ ਕੌਣ ਜਿੱਦਾ ਇਲੈਕਸ਼ਨ ਕਿ ਇੰਡੀਆ ਦਾ ਫਿਊਚਰ ਕੀ ਹੋਊਗਾ ਕਿ ਇੰਡੀਆ ਕਿਸ ਕੌਨਸਟੀਟਿਊਸ਼ਨ ਦੇ ਅੰਡਰ ਫੰਕਸ਼ਨ ਕਰੀ ਕਿਉਂਕਿ ਅਗਰ ਐਸੀ ਫੋਰਸਿਸ ਪਾਵਰ ਵਿੱਚ ਆ ਗਈਆਂ ਜੋ ਕੌਨਸਟੀਟਿਊਸ਼ਨ ਨੂੰ ਬਦਲਣ ਨੂੰ ਆਪਣੇ ਦਿਲ ਵਿੱਚ ਇੱਕ ਰੰਜਿਸ਼ ਰੱਖਦੀਆਂ ਨੇ ਜੋ ਓਪਨਲੀ ਐਕਸਪ੍ਰੈਸ ਨਹੀਂ ਕਰਦੀਆਂ ਉਹ ਜ਼ਰੂਰ ਓਪਰਚੁਨਿਟੀ ਲੈਣਗੇ ਕੌਨਸਟੀਟਿਊਸ਼ਨ ਨੂੰ ਬਦਲਣ ਲਈ ਠੀਕ ਹੈ ਨਾ ਇਹ ਅਸੀਂ ਨਾਮ ਤਾਂ ਬਦਲ ਰਹੇ ਹਾਂ ਅਸੀਂ ਹਰ ਚੀਜ਼ ਅੱਜ ਜਿਹੜਾ ਹਰ ਇੰਸਟੀਟਿਊਸ਼ਨ ਦਾ ਨਾਮ ਬਦਲ ਰਹੇ ਹਾਂ ਹਾਂ ਅੱਜ ਜਿਹੜਾ ਬਦਲ ਰਹੇ ਨੇ ਉਹੀ ਮੈਂ ਕਹਿ ਰਿਹਾ ਉਹੀ ਮੈਂ ਕਹਿ ਰਿਹਾ ਦੇਖੋ ਇਹਨਾਂ ਨੇ ਇਹ ਫਾਈਂਡ ਆਊਟ ਕੀਤਾ ਹੈ ਕਿ 370 ਨੂੰ ਚੇਂਜ ਕਰਨਾ 35A ਚੇਂਜ ਕਰਨਾ ਵਾਸ ਨਾਟ ਈਜ਼ੀ ਥਰੂ ਦਾ ਸੁਪਰੀਮ ਕੋਰਟ ਈਵਨ ਠੀਕ ਹੈ ਕਿਉਂਕਿ ਰੌਲਾ ਪੈ ਜਾਂਦਾ ਹੈ ਬਹੁਤ ਅਵੇਅਰਨੈਸ ਆ ਗਈ ਸੋ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇਹ ਡਿਸਾਈਡ ਕੀਤਾ ਕਿ ਅਸੀਂ ਜਿਹੜੀਆਂ ਆਪਣੀ ਕੌਨਸਟੀਟਿਊਸ਼ਨ ਨੂੰ ਪੇਪਰ ਵਿੱਚ ਨਹੀਂ ਬਦਲਾਂਗੇ ਔਨ ਰਿਟਨ ਠੀਕ ਹੈ ਅਸੀਂ ਸਿਸਟਮ ਨੂੰ ਐਸਾ ਮੈਨੀਪੂਲੇਟ ਕਰਾਂਗੇ ਵਿਦ ਮੀਡੀਆਜ਼ ਕਨਾਈਵੈਂਸ ਕਿ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਤੁਹਾਡੀ ਕੌਨਸਟੀਟਿਊਸ਼ਨ ਤਾਂ ਉੱਥੇ ਰਹੀ ਬਟ ਇਫੈਕਟਿਵਲੀ ਗਰਾਊਂਡ ਲੈਵਲ ਔਰ ਇੰਸਟੀਟਿਊਸ਼ਨ ਵਿੱਚ ਤੁਹਾਡੇ ਰੂਲਸ ਬਦਲਤੇ ਇਹਨਾਂ ਨੇ ਠੀਕ ਹੈ ਨਾ ਫੋਰ ਐਗਜ਼ਾਮਪਲ ਤੁਸੀਂ ਦੇਖੋ ਕਿ ਦਲਿਤ ਜੀ ਜਿਹੜੀ ਰੈਜ਼ਰਵੇਸ਼ਨ ਇਨ ਯੂਨੀਵਰਸਿਟੀਜ਼ ਹੈ ਉਹਦੇ ਪ੍ਰਮੋਸ਼ਨ ਵਿੱਚ ਇਹਨਾਂ ਨੇ ਕੀ ਕੀਤਾ ਹੈਗਾ ਦੈਟ ਇਜ਼ ਵਾਈ ਆਰ ਐਸ ਐਸ ਦੇ ਬੰਦੇ ਵਾਈਸ ਚਾਂਸਲਰ ਆ ਰਹੇ ਹੈਗੇ ਨੇ ਕਾਬਲੀਅਤ ਦਾ ਜ਼ਿਕਰ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਦੇਖੋ ਗੱਲ ਇਹ ਹੈ ਵੀ ਅਗਰ ਤੁਸੀਂ ਸਿਰਫ ਇਸ ਕਰਕੇ ਕਿਸੇ ਵਿਅਕਤੀ ਦੀ ਅਪੁਆਇੰਟ ਕਰ ਰਹੇ ਹੋ ਕਿ ਕਾਬਲੀਅਤ ਨਹੀਂ ਦੇਖਦੇ ਅਸੀਂ ਇਹ ਦੇਖਣਾ ਵੀ ਉਹਦਾ ਆਰ ਐਸ ਐਸ ਦੇ ਨਾਲ ਜਾਂ ਆਰ ਐਸ ਐਸ ਦੇ ਇਲਾਵਾ ਕਿਸੇ ਹੋਰ ਵੀ ਆਰਗਨਾਈਜੇਸ਼ਨ ਦੇ ਨਾਲ ਲਿੰਕ ਕੀ ਹੈ ਸਿਰਫ ਉਹੀ ਅਗਰ ਸੋਲ ਕ੍ਰਾਈਟੇਰੀਆ ਤਾਂ ਉਹਦੇ ਨਾਲ ਜਿਹੜਾ ਹੈਗਾ ਦੇਸ਼ ਨਿਗਰੇਗਾ ਇੰਸਟੀਟਿਊਸ਼ਨ ਵਿਕਸਿਤ ਨਹੀਂ ਹੋਣਗੇ ਬਲਕਿ ਇੰਸਟੀਟਿਊਸ਼ਨ ਦੇ ਵਿੱਚ ਨਿਗਾਰ ਆਏਗਾ ਅਗਰ ਸਿਰਫ ਆਰ ਐਸ ਐਸ ਜਾਂ ਕਾਂਗਰਸ ਜਾਂ ਕੋਈ ਹੋਰ ਸਿਰਫ ਉਹੀ ਇੱਕ ਕ੍ਰਾਈਟੇਰੀਆ ਹੋਵੇ ਜਿਸ ਵੇਲੇ ਤੁਸੀਂ ਇੱਕ ਐਸੇ ਦੇਸ਼ ਦੇ ਵਿੱਚ ਰਹਿੰਦੇ ਹੋ ਜਿਹੜਾ ਕਿ ਸੈਕੂਲਰ ਹੈ ਜਿਹੜਾ ਕਿ ਡੈਮੋਕ੍ਰੈਟਿਕ ਹੈ ਉੱਥੇ ਤੁਸੀਂ ਕਾਬਲੀਅਤ ਜਿਹੜੀ ਹੈਗੀ ਹੈ ਉਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ ਕਾਬਲੀਅਤ ਹੀ ਸੋਲ ਕ੍ਰਾਈਟੇਰੀਆ ਮੇਰਾ ਆਖਰੀ ਸਵਾਲ ਮੁਹੰਮਦ ਖਾਲਿਦ ਮੈਂ ਚਰਚਾ ਸਮਾਪਤ ਕਰਨੀ ਹੈ ਜੀ ਸੰਘ ਮੁਖੀ ਦੇ ਇਹ ਬਿਆਨ ਹੈ ਭਾਰਤੀ ਜਨਤਾ ਪਾਰਟੀ ਲਈ ਕੀ ਅਹਿਮੀਅਤ ਰੱਖਦੇ ਆ ਅਤੇ ਦੇਸ਼ ਦੀ ਸਿਆਸਤ ਲਈ ਕੀ ਮਾਇਨੇ ਰੱਖਦੇ ਆ ਦੇਖੋ ਆਰ ਐਸ ਐਸ ਜਿਹੜੀ ਹੈਗੀ ਹੈ ਉਹਦੀ ਹਰ ਐਕਸ਼ਨ ਗਰਾਊਂਡ 'ਤੇ ਵੀ ਆਈਡੀਓਲੋਜੀਕਲੀ ਵੀ ਉਹ ਬੀਜੇਪੀ ਨੂੰ ਪੋਲੀਟੀਕਲ ਪਾਵਰ ਬਣਾਉਣ ਦੇ ਵਿੱਚ ਲੱਗਿਆ ਹੋਇਆ ਅੱਜ ਤੋਂ ਨਹੀਂ ਲੱਗਿਆ ਹੋਇਆ 1952 ਤੋਂ ਲੱਗਿਆ ਹੋਇਆ ਔਰ ਇਸ ਕਰਕੇ ਆਰ ਐਸ ਐਸ ਜਿਹੜੀ ਹੈਗੀ ਹੈ ਉਹਦਾ ਬਿਆਨ ਸਟਰੈਂਥਨਿੰਗ ਦਾ ਬੀਜੇਪੀ ਹੈ ਹੋਰ ਕੁਛ ਨਹੀਂ ਹੈ
ਸਨੋਰੇ ਸਾਹਿਬ, ਬੀਜੇਪੀ ਨੂੰ ਸਟਰੈਂਥ ਕਰਨ ਦੇ ਲਈ, ਸਟਰੈਂਥਨਿੰਗ ਕਰਨ ਦੇ ਲਈ ਆਰ ਐਸ ਐਸ ਦਾ ਬਿਆਨ ਆਇਆ ਤੁਹਾਡੇ ਲਈ 2019 ਦੇ ਲਈ, ਉਹਨਾਂ ਨੇ ਇੱਕ ਮੰਚ ਤਿਆਰ ਕਰ ਦਿੱਤਾ, ਸਜਾ ਦਿੱਤਾ ਕਿ ਤੁਸੀਂ ਹੁਣ ਉੱਥੇ ਜਾ ਕੇ ਲੋਕਾਂ ਦੇ ਵਿੱਚ ਗੱਲਾਂ ਪ੍ਰਚਾਰਨੀ ਸ਼ੁਰੂ ਕਰ ਦਿਓ। ਕੇਪੀ ਜੀ, ਮੈਂ ਆਪ ਜੀ ਦਾ ਧਿਆਨ ਭਾਗਵਤ ਜੀ ਦੇ ਲੈਕਚਰ ਨਾਲ ਲਿਆਉਣਾ ਚਾਹੁੰਦਾ ਨਾ ਕਿ ਅਸੀਂ ਬੀਜੇਪੀ ਦੇ ਮਤਲਬ ਬੀਜੇਪੀ ਦੀ ਪੋਲਿਸੀ ਸਾਨੂੰ ਪਸੰਦ ਆਉਂਦੀਆਂ ਨੇ, ਜੇ ਕਾਂਗਰਸ ਦੀ ਪੋਲਿਸੀ ਉਹ ਕਹਿੰਦਾ ਕੋਈ ਵੀ ਪਾਰਟੀ ਜੋ ਰਾਸ਼ਟਰ ਹਿੱਤਵੀ ਦੀ ਗੱਲ ਕਰੂਗੀ ਅਸੀਂ ਉਹਦੇ ਨਾਲ ਰਵਾਂਗੇ, ਤੁਸੀਂ ਸੁਣੋ ਉਹਦਾ ਉਹਨਾਂ ਦਾ ਬਿਆਨ। ਯਾਨੀ ਕਿ ਆਰਐਸਐਸ ਕਾਂਗਰਸ ਨਾਲ ਵੀ ਜਾ ਸਕਦੀ ਹੈ, ਜੇ ਉਹ ਰਾਸ਼ਟਰ ਦੀ ਗੱਲ ਕਰੋਗੇ, ਜੇ ਰਾਸ਼ਟਰ ਨੂੰ ਤੋੜਨ ਦੀ ਗੱਲ ਕਰੋਗੇ, ਚਾਰ ਸਾਲ ਕਿਉਂ ਚੁੱਪ ਰਹੇ ਤੁਸੀਂ, ਹੁਣ ਕਿਉਂ ਬੋਲਦੇ? ਕਿੱਥੇ ਚੁੱਪ ਰਹੇ? ਬੀਜੇਪੀ ਨੂੰ ਇਹ ਪਤਾ ਸਾਫ ਹੋ ਗਿਆ ਕਿ ਇੰਡੀਆ ਭਾਰਤ ਇੰਨਾ ਡਾਇਵਰਸ ਨੇਸ਼ਨ ਹੈ ਕਿ ਇਹਨੂੰ ਤੁਸੀਂ ਹੋਮੋਜਨਾਈਜ਼ ਕਰਨਾ, ਜੋ ਇਹਨਾਂ ਦੀ ਵਿਜ਼ਨ ਹੈ, ਉਹ ਇੰਪੋਸੀਬਲ ਹੈ। ਇਸ ਲਈ ਹੁਣ ਇਹ ਟੈਕਟੀਕਲ ਐਡਜਸਟਮੈਂਟ ਕਰ ਰਹੇ ਨੇ ਕਿ ਆਪਣੇ ਆਪ ਨੂੰ ਮੋਰ ਐਕਸੈਪਟੇਬਲ ਬਣਾਉਣ, ਕਿਉਂਕਿ ਲੋਕ ਇਹਨਾਂ ਦੇ ਖਿਲਾਫ਼ ਔਰ ਇਹਨਾਂ ਦੀ ਆਈਡੀਓਲੋਜੀ ਦੇ ਥਰੂ ਦੇਖ ਚੁੱਕੇ ਨੇ ਕਿ ਇਹਨਾਂ ਦੇ ਕਿੰਨਾ ਕੁ ਇਹਨਾਂ ਦੇ ਡੈਪਥ ਹੈਗੀ ਹੈ। ਸੋ ਦੇ ਹੈਵ ਐਕਸੈਪਟਡ ਵਨ ਥਿੰਗ ਦੈਟ ਇੰਡੀਆਜ਼ ਡਾਇਵਰਸਿਟੀਜ਼ ਕੈਨੋਟ ਬੀ ਹੋਮੋਜਨਾਈਜ਼ਡ। ਠੀਕ ਹੈ, ਬਹੁਤ ਧੰਨਵਾਦ ਵਿਕਰਮ ਜੀ ਤੁਹਾਡਾ, ਸੁਦੇਸ਼ ਰੋਪੜ ਤੁਹਾਡਾ, ਸੁਨਵਾਰੀ ਸਾਹਿਬ ਤੁਹਾਡਾ, ਮੁਹੰਮਦ ਖਾਲਿਦ ਤੁਹਾਡਾ, ਸਾਰੇ ਮਾਣਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਮਿਸ਼ਨ 2019 ਤੋਂ ਪਹਿਲਾਂ ਇਹ ਸਾਰੇ ਬਿਆਨ ਆਉਣਗੇ, ਇਹਨਾਂ ਬਿਆਨਾਂ ਦੀ ਜ਼ਮੀਨੀ ਹਕੀਕਤ ਕੀ ਹੈ ਇਹ ਸਭ ਤੁਸੀਂ ਦੇਖਣੀ। ਅਸੀਂ ਚਰਚਾ ਇਸ ਲਈ ਕਰ ਰਹੇ ਹਾਂ ਕਿਉਂਕਿ ਇੱਕ ਇੱਕ ਬਿਆਨ ਆ ਉਹ ਅਹਿਮੀਅਤ ਰੱਖਦਾ ਅਤੇ ਨੀਤੀ ਘੜੇ ਆ ਸਾਰੇ ਲੋਕ, ਜਦੋਂ ਨੀਤੀ ਘੜਦੇ ਹੈਗੇ ਆ ਅਤੇ ਉਹ ਨੀਤੀ ਦੇਸ਼ ਦਾ ਭਵਿੱਖ ਸਿਰਜਦੀ ਹੈਗੀ ਹੈ, ਅਤੇ ਦੇਸ਼ ਦਾ ਭਵਿੱਖ ਜੇ ਨੀਤੀ ਸਿਰਜਦੀ ਹੈਗੀ ਆ ਅਤੇ ਇਹਨਾਂ ਨੀਤੀ ਘੜੇ ਵੱਲ ਧਿਆਨ ਦਿਆ ਕਰੋ। ਇਹ ਕਿਹੜੀ ਨੀਤੀ ਦੀ ਗੱਲ ਕਰ ਰਹੇ? ਰਾਸ਼ਟਰਨੀਤੀ ਦੀ ਗੱਲ ਕਰ ਰਹੇ ਆ, ਰਾਜਨੀਤੀ ਦੀ ਗੱਲ ਕਰ ਰਹੇ ਆ, ਰਣਨੀਤੀ ਦੀ ਗੱਲ ਕਰ ਰਹੇ ਆ, ਕਿਹੜੀ ਗੱਲ ਕਰ ਰਹੇ ਆ? ਬਹੁਤ ਧੰਨਵਾਦ।